ਮੈਂ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਘਰ ਲਈ ਮਾਇਆ ਅਰਦਾਸ ਕਰਾਈ ਹੈ, ਗੁਰੂ ਮਹਾਰਾਜ ਦੀ ਕਿਰਪਾ ਨਾਲ ਵੈਸਟਾ ਹੈ ਜੋ ਥੋੜ੍ਹੀ ਜਿਹੀ ਲੰਮੀ ਹੈ, ਅੱਜ ਅਸੀਂ ਨਹੀਂ ਬੋਲਦੇ, ਕੁਛ ਸੈਕਟਰੀ ਕੋਲ ਹੈ ਚੈੱਕ, ਕੁਛ ਮੇਰੇ ਕੋਲ ਹੈ, ਕੁਛ ਮੇਰੇ ਪ੍ਰਬੰਧਕ ਵੀਰਾਂ ਕੋਲ ਵੀ ਹੋਣਗੇ, ਉਹ ਸਾਰੀ ਅਸੀਂ ਲਿਸਟ ਇਕੱਠੀ ਕਰਕੇ ਆਪਣੇ ਜੋ ਆਉਣ ਵਾਲੇ ਐਤਵਾਰ ਆਪ ਜੀ ਨੂੰ ਦੱਸ ਦਿੱਤੀ ਜਾਵੇਗੀ। ਮੈਂ ਇੱਥੇ ਫਿਰ ਬੇਨਤੀ ਕਰਦਾ ਜਿਨ੍ਹਾਂ ਪਰਿਵਾਰਾਂ ਨੇ ਅੱਜ ਤੀਕਰ ਹਜੇ ਤੀਕਰ ਗੁਰੂ ਘਰ ਲਈ ਮਾਇਆ ਸੇਵਾ ਨਹੀਂ ਕਰਾਈ, ਉਹਨਾਂ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰੂ ਘਰ ਲਈ ਦਸਵੰਧ ਕੱਢਿਆ ਕਰੋ। ਇਹ ਤੁਹਾਡੀ ਸੇਵਾ, ਇਹ ਦਿੱਤਾ ਸਭ ਕੁਛ ਗੁਰੂ ਮਹਾਰਾਜ ਦਾ ਹੀ ਹੈ, ਆਪਣਾ ਕੁਛ ਨਹੀਂ ਗਾ ਹੈਗਾ, ਉਹਦੇ ਸਦਕਾ ਹੀ ਆਪਾਂ ਤੁਰੇ ਫਿਰਦੇ ਹਾਂ ਅਤੇ ਆਪਣੀ ਜ਼ਿੰਦਗੀ ਦੇ ਜੋ ਸਾਹ ਹੈ ਗੁਰੂ ਮਹਾਰਾਜ ਨੇ ਦਿੱਤੇ ਹੋਏ ਆ, ਉਹਨਾਂ ਸਾਹਾਂ ਨਾਲ ਹੀ ਆਪਾਂ ਇਹ ਮਾਇਆ ਇਕੱਠੀ ਕਰਦੇ ਫਿਰਦੇ ਹਾਂ। ਉਸਦੇ ਮਾਇਆ ਦੇ ਵਿੱਚੋਂ ਦਸਵੰਧ ਜ਼ਰੂਰ ਕੱਢਿਆ ਕਰੋ, ਕਿਉਂਕਿ ਐਡਾ ਸੋਹਣਾ ਜਿੱਥੇ ਤੁਸੀਂ ਗੁਰੂ ਘਰ ਬਣਾਇਆ ਹੈ ਉਸਦੇ ਲਈ ਮਾਇਆ ਦੀ ਵੀ ਆਪਾਂ ਨੂੰ ਜ਼ਰੂਰਤ ਹੈ। ਇਸ ਲਈ ਅੱਗੇ ਵੀ ਤੁਸੀਂ ਬਹੁਤ ਮਾਇਆ ਗੁਰੂ ਘਰ ਲਈ ਸੇਵਾ ਕਰਦੇ ਰਹਿੰਦੇ ਹਾਂ ਅਤੇ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਸ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰੂ ਘਰ ਲਈ ਤੁਸੀਂ ਸੇਵਾ ਕਰਦੇ ਰਹੋਗੇ। ਅਤੇ ਮੈਂ ਇੰਨੀਆਂ ਹੀ ਬੇਨਤੀਆਂ ਨਾਲ ਹੀ ਮੈਂ ਭੈਣਾਂ ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜਕੱਲ੍ਹ ਸੋਨੇ ਦੀ ਵਾਲੀ ਮਿਲੀ ਹੈ, ਜੇ ਕਿਸੇ ਦੀ ਹੋਵੇ ਦਾਸ ਕੋਲੋਂ ਆ ਕੇ ਲੈ ਸਕਦਾ ਹੈ। ਅਤੇ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਕਿ ਮੈਂ ਤਾਂ ਜਾ ਚੁੱਕਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸ਼ੋਦਾ ਦਾ ਜੀ ਤੇਰਾ ਨਾਮ ਦੀ ਆ।
ਤੇਰਾ ਨਾਮ ਪਿਆਈਏ ਜੀ, ਹਰ
ਦੀ ਕਦੋਂ ਹਾਥ ਨਾਲ ਇੱਛਾ ਪੂਰਨ ਹੋਈ ਚਿੱਤ ਕੀ ਇੱਛਾ ਤਬ ਝਰਨ ਮਰ ਰਹੇ ਹਮਾਰਾ ਆਪਣਾ ਜਾਨ ਕਦੋਂ ਪ੍ਰਤਪਾਦਾ ਖੜ ਕੇ ਤੁਮੈਂ ਸ਼ਰਨ ਤਿਹਾਰੀ ਆਪ ਹਾਰ ਦੇ ਲਿਹੋ ਉਬਾਰੀ ਸਤ ਠੋਲ ਮਹੋਰ ਸਹਾਈ ਦੁਖ ਦੁਖ ਦੇ ਲਿਹੋ ਬਚਾਈ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਸਮਾਧੀਆਂ ਮਾਰ ਕੇ ਬੈਠੇ ਸੰਤ ਜਦੋਂ ਸਤਸੰਗੀ ਜਦੋਂ ਆਓ ਫਤਿਹ ਦੀ ਸਾਂਝ ਪਾਈਏ ਕਿਸੇ ਅਦੀਬ ਦਾ ਕਥਨ ਹੈ ਉਹ ਕਹਿੰਦਾ ਖਾਲਸੇ ਦੀ ਦੇਹ ਵੀ ਫਤਿਹ ਤੇ ਖਾਲਸੇ ਦੀ ਤੇਗ ਵੀ ਫਤਿਹ ਖਾਲਸੇ ਦੀ ਦੇਹ ਵੀ ਫਤਿਹ ਤੇ ਖਾਲਸੇ ਦੀ ਤੇਗ ਵੀ ਫਤਿਹ ਖਾਲਸੇ ਦੇ ਬੁਲਾਰੇ ਵੀ ਫਤਿਹ ਤੇ ਖਾਲਸੇ ਦੇ ਜਕਾਰੇ ਵੀ ਫਤਿਹ ਉਹ ਖਾਲਸੇ ਦੇ ਬਸਤਰ ਵੀ ਫਤਿਹ ਤੇ ਖਾਲਸੇ ਦੇ ਸ਼ਸਤਰ ਵੀ ਫਤਿਹ ਖਾਲਸੇ ਦੀ ਕੜੀ ਵੀ ਫਤਿਹ ਤੇ ਖਾਲਸੇ ਦੀ ਸਰਹੱਦ ਵੀ ਫਤਿਹ ਧਰਤੀ ਤੋਂ ਲੈ ਕੇ ਜ਼ਮੀਨ ਤੱਕ ਫਤਿਹ ਹੀ ਫਤਿਹ ਜਿਹਦੀ ਜਵਾਨ ਚ ਫਤਿਹ ਉਹਦੀ ਮੈਦਾਨ ਚ ਫਤਿਹ ਜਿਹਦੀ ਰੱਗ ਚ ਫਤਿਹ ਉਹਦੀ ਜੱਗ ਚ ਫਤਿਹ ਜਿਹਦੀ ਬੁੱਧ ਚ ਫਤਿਹ ਉਹਦੀ ਕੁੱਲ ਚ ਫਤਿਹ ਜਿਹਦੀ ਬੁੱਧ ਚ ਫਤਿਹ ਉਹਦੀ ਜੋਧ ਚ ਫਤਿਹ ਜਿਹੜਾ ਬਲਾਊ ਸੱਜ ਕੇ ਫਤਿਹ ਤੇ ਉਹਨੂੰ ਮਿਲੂ ਭੱਜ ਕੇ ਫਤਿਹ ਆਓ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਈਏ ਸਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਦ ਉਪਕਾਰਾਂ ਅੱਗੇ ਸੀਸ ਝੁਕਾਉਂਦੇ ਹੋਏ ਫਤਿਹ ਦੀ ਸਾਂਝ ਪਾਈਏ ਫਤਿਹ ਲਈ ਮੈਦਾਨ ਚੋਂ ਨਹੀਂ ਸੁੱਖੀ ਆਹ ਫਤਿਹ ਲਈ ਆ ਡੋਲ ਕੇ ਖੂਨ ਸਿੰਘੋ ਆਓ ਸਾਰੇ ਇਕੱਠੇ ਹੋ ਕੇ ਵਰਤੀਏ ਦੱਸ ਕੇ ਕਲਗੀ ਧਰਿਓ ਮਜ਼ਬੂਤ ਸਿੰਘੋ ਦੱਸ ਕੇ ਕਲਗੀ ਧਰਿਓ ਮਜ਼ਬੂਤ ਸਿੰਘੋ ਬੈਠੋ ਸੱਜ ਕੇ ਆਖੋ ਗੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਕੈਸਲ ਦੀਆਂ ਸਮੂਹ ਸੰਗਤਾਂ ਵੱਲੋਂ ਇਹ ਖਾਲਸੇ ਦਾ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਕਈ ਰੋਜ਼ ਤੋਂ ਦੁਆਰ ਲੱਗ ਰਹੇ ਹੋ ਆਪ ਸਾਰੇ ਜਾਣਦੇ ਹੋ ਕੱਲ ਦੇ ਦੁਆਰ ਵਿੱਚ ਸ਼ਾਮ ਦੇ ਦੁਆਰ ਵਿੱਚ ਖੰਡੇ ਬਾਟੇ ਦੀ ਪੋਲ ਚੁਕਾਈ ਗਈ ਸੀ ਪੰਜਾਂ ਸਿੰਘਾਂ ਨੂੰ ਰਾਮਦਾਸ ਰਾਏ ਤੇ ਚੰਦ ਤੋਂ ਕਿਵੇਂ ਸਿੱਖ ਬਣੇ ਸੀ ਤੇ ਦਸਵੇਂ ਪਾਤਸ਼ਾਹ ਨੇ ਉਹਨਾਂ ਪੰਜਾਂ ਸਿੰਘਾਂ ਤੋਂ ਖੰਡੇ ਬਾਟੇ ਦੀ ਪੋਲ ਛੱਕ ਕੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਕੇਲਾ ਦੁਨੀਆਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਦੁਨੀਆਂ ਦੀ ਤਰੀਕ ਦੇ ਵਿੱਚ ਇੱਕ ਨਵਾਂ ਮੋੜ ਆਇਆ ਜਿਹੜਾ ਕੋਈ ਪੈਗੰਬਰ ਕੋਈ ਗੁਰੂ ਆਪਣੀ ਆਵਾਮ ਆਪਣੀ ਪਬਲਿਕ ਦੇ ਅੱਗੇ ਸੀਸ ਝੁਕਾ ਕੇ ਆਪਣੇ ਸਿੱਖਾਂ ਨੂੰ ਆਪਣੇ ਖਾਲਸਾ ਨੂੰ ਆਪਣੇ ਆਪਣੇ ਖਾਲਸੇ ਨੂੰ ਗੁਰੂ ਮੰਨਿਆ ਹੋਵੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਖਾਲਸਾ ਪੰਥ ਦੀ ਸਾਜਨਾ ਹੋਈ ਤੇ ਵਧਾਈ ਦੇ ਪਾਤਰ ਹੋ ਹਜ਼ਾਰਾਂ ਦੂਰ ਮੀਲ ਬੈਠੇ ਵੀ ਗੁਰੂ ਸ਼ਬਦ ਦੇ ਨਾਲ ਸਿੱਖ ਕੌਮ ਦੇ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਨਾਲ ਜੁੜੇ ਹੋ ਮੈਂ ਬੇਨਤੀ ਕਰਾਂ ਕਿ ਜਿੱਥੇ ਜਿੱਥੇ ਪ੍ਰਬੰਧਕਾਂ ਨੇ ਇਹ ਪ੍ਰਬੰਧ ਕੀਤਾ ਹੈ ਤੇ ਨਾਲ ਨਾਲ ਸੰਗਤਾਂ ਦੇ ਲਈ ਖਾਣ ਪੀਣ ਦਾ ਚਾਹ ਤੇ ਪਕੌੜਿਆਂ ਦਾ ਲੰਗਰ ਵੀ ਚੱਲ ਰਿਹਾ ਤੇ ਪਰੌਠੇ ਵੀ ਚੱਲ ਰਹੇ ਨੇ ਕਿਉਂਕਿ ਜਿਹਨਾਂ ਨੇ ਛਕ ਲਏ ਨੇ ਉਹ ਆ ਜਾਓ ਪੰਡਾਲ ਦੇ ਵਿੱਚ ਭਾਗਾਂ ਦੇ ਨਾਲ ਸਮਾਂ ਮਿਲਿਆ ਹੈ ਤੇ ਲਾਹਾ ਲਈਏ ਤੇ ਜਿਹਨਾਂ ਨੇ ਨਹੀਂ ਛਕੇ ਬਾਣੀ ਦਾ ਫਰਮਾਨ ਹੈ ਭੁੱਖੇ ਭਾਗਣਾ ਕੀਜਾ ਜਾਏ ਮਾਲਾ ਆਪਣੀ ਰੀਜੈ ਜਿਹਨਾਂ ਨੇ ਨਹੀਂ ਛਕੇ ਉਹ ਛਕਿਆ ਹੋ ਤੇ ਜਿਹਨਾਂ ਨੇ ਛਕ ਲਏ ਆ ਤੇ ਜੇ ਸਮਾਂ ਮਿਲਿਆ ਤੇ ਆਪਾਂ ਇਹਦਾ ਲਾਹਾ ਲਈਏ ਆਓ ਜੇ ਖੰਡੇ ਬਾਟੇ ਦੀ ਪੌਲ ਪੀਤੀ ਹੈ ਤੇ ਖੰਡੇ ਬਾਟੇ ਦੀ ਪੌਲ ਪੀ ਕੇ ਖਾਲਸੇ ਨੇ ਕੀ ਕੀਤਾ ਕਿਵੇਂ ਜ਼ਾਲਮਾਂ ਨੂੰ ਸੋਧਾ ਲਾਇਆ ਅੱਜ ਦੇ ਦਿਮਾਗ ਵਿੱਚ ਮੈਂ ਸਿੱਖ ਕੌਮ ਦੇ ਸੂਰਬੀਰ ਯੋਧਿਆਂ ਦੇ ਇਤਿਹਾਸ ਦੇ ਸੁਨਹਿਰੀ ਪੱਤੇ ਸਾਂਝੇ ਕਰਾਂਗਾ ਸਤਿਗੁਰੂ ਦੇ ਚਰਨਾਂ ਵਿੱਚ ਝੁਕਾਈਏ ਸੀਸ ਦੋਵੇਂ ਹੱਥ ਜੋੜ ਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਪਾ ਆਓ ਚੱਲੀਏ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਬਹੁਤ ਵੱਡਾ ਸਤਿਗੁਰਾਂ ਨੇ ਮਾਣ ਸਤਿਕਾਰ ਬਖਸ਼ਿਆ ਸਾਨੂੰ ਸਾਡੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਿਆ
ਉਹ ਸਾਨੂੰ ਸਿੱਧਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਿਆ। ਖਾਲਸਾ ਪੰਥ ਦੀ ਸਾਜਨਾ ਹੋ ਚੁੱਕੀ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਿਤ ਦੀਵਾਨ ਸਜਾਉਂਦੇ ਨੇ ਤੇ ਸਿੱਖ ਸੰਗਤਾਂ ਨੂੰ ਸੱਚ ਦੇ ਨਾਲ ਜੋੜਦੇ ਨੇ। ਪੰਜਾਬ ਦੀ ਜਵਾਨੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਣਖਵਾਸਦੀ ਨਜ਼ਰ ਆਈ। ਛਾਲਾ ਮਾਰ ਕੇ ਲਹਿਰਾਂ ਕੱਟ ਕੇ ਗੁਰੂ ਦੀਆਂ ਪਿਆਰੀਆਂ ਸੰਗਤਾਂ ਅੰਮ੍ਰਿਤ ਛਕਣ ਲੱਗੀਆਂ, ਗੁਰੂ ਵਾਲੇ ਵੰਡ ਲੱਗੀਆਂ। ਕਿਉਂਕਿ ਸੇਵਾ ਕਰਕੇ ਜੀਵਨ ਦਾ ਬੰਦੇ ਦਾ ਜੀਵਨ ਸਫਲ ਹੁੰਦਾ ਹੈ। ਇਹਨਾਂ ਦੁਆਬਾ ਵਿੱਚ ਵੀ ਬਿਆਨ ਸਿੱਖ ਸੰਗਤਾਂ ਨੇ ਸੇਵਾ ਕੀਤੀ ਹੈ। ਖਾਸ ਕਰਕੇ ਬੀਬੀਆਂ ਵੱਲੋਂ ਵੀ ਇੱਕ ਦਿਨ ਲੰਗਰ ਲਾਏ ਗਏ, ਕਿਉਂਕਿ ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਜਦੋਂ ਪਹੁੰਚ ਕਾਈ ਸੀ ਤੇ ਉਦੋਂ ਮਾਤਾ ਜੀ ਨੇ ਬਹੁਤ ਵੱਡਾ ਸਹਿਯੋਗ ਪਾਇਆ ਸੀ। ਪਤਾਸੇ ਵਿੱਚ ਸਤਿਗੁਰੂ ਦੇ ਬਾਟੇ ਨੇ ਪਾਏ ਸੀ, ਪੁੱਤਰਾਂ ਨੂੰ ਮਿਠਾਸ ਦੀ ਬਖਸ਼ਿਸ਼ ਕੀਤੀ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤ ਨੂੰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਗੇ ਤੋਰਿਆ ਸੀ। ਬਾਣੀ ਦਾ ਫਰਮਾਨ ਹੈ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਜਾਨ। ਤੇ ਅੱਜ ਤੱਕ ਜਿੱਥੇ ਮੇਰੇ ਵੀਰ ਅੰਮ੍ਰਿਤ ਛਕਦੇ ਨੇ ਉੱਥੇ ਨਾਲ ਨਾਲ ਭੈਣਾਂ ਵੀ ਅੰਮ੍ਰਿਤਧਾਰੀ ਹੁੰਦੀਆਂ ਨੇ, ਗੁਰੂ ਵਾਲੀਆਂ ਬਣਦੀਆਂ ਨੇ। ਤੇ ਕਿਸੇ ਵਿਦਵਾਨ ਨੇ ਬੜੀਆਂ ਸੁੰਦਰ ਲੈਣਾ ਲਿਖੀਆਂ ਨੇ, ਜਿਹੜਾ ਤਵਜੋ ਦਿਓ ਮੇਰੀਆਂ ਭੈਣਾਂ ਲਾ ਚੂੜੀਆਂ ਪਰਾਂ ਸੁੱਟ ਭੈਣੇ ਕੜਾ ਮੰਨ ਲਾ ਸੱਚਾ ਤੇ ਸੁੱਚਾ ਕਹਿਣਾ। ਲਾ ਚੂੜੀਆਂ ਪਰਾਂ ਸੁੱਟ ਭੈਣੇ ਕੜਾ ਮੰਨ ਲਾ ਸੱਚਾ ਤੇ ਸੁੱਚਾ ਕਹਿਣਾ, ਜਿੰਨਾ ਚਿਕਰ ਤੂੰ ਸ਼ੇਰ ਦੀ ਨਹੀਂ ਬਣਦੀ ਪਊ ਮੱਧ ਜਾਤੀ ਦੇ ਤੈਨੂੰ ਗੁਲਾਮ ਰਹਿਣਾ। ਭੈਣੇ ਮੇਰੀਏ ਭਾਗ ਕੋਲ ਬਣ ਜਾ, ਬਾਜਾ ਵਾਲੇ ਨੇ ਤੇਰੇ ਅੰਗ ਸੰਗ ਰਹਿਣਾ। ਤੂੰ ਬਾਣੀ ਤੇ ਬਾਣੇ ਦਾ ਸਤਿਕਾਰ ਕਰ ਲੈ, ਤੇਰਾ ਨਾਂ ਇਤਿਹਾਸ ਦੇ ਵਿੱਚ ਰਹਿਣਾ, ਤੇਰਾ ਨਾਂ ਇਤਿਹਾਸ ਦੇ ਵਿੱਚ ਰਹਿਣਾ। ਜਿਹਨਾਂ ਜਿਹਨਾਂ ਦੇ ਖੱਡੇ ਬਾਟੇ ਦੀ ਮੌਤ ਪੀਤੀ, ਉਹਨਾਂ ਦੀ ਆਪਣੀ ਜ਼ਿੰਦਗੀ ਨਹੀਂ ਸਫਲ ਹੋਈ, ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤਰ ਗਈਆਂ, ਜਿਹੜੇ ਪੂਰੇ ਗੁਰੂ ਨੇ ਲੜ ਲੱਗ ਗਏ, ਜਿਹੜੇ ਗੁਰੂ ਸ਼ਬਦ ਨੇ ਲੜ ਲੱਗ ਗਏ। ਅਨੰਦਪੁਰ ਸਾਹਿਬ ਦੀ ਧਰਤੀ ਤੇ ਦੀਵਾਨ ਸਜਦੇ, ਐਸੇ ਦੀਵਾਨ ਸਜਦੇ ਜਿੱਥੇ ਦੁਨੀਆਂ ਦੇ ਬਾਦਸ਼ਾਹਾਂ ਨੂੰ ਆ ਕੇ ਝੁਕਣਾ ਪੈਂਦਾ। ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ, ਤੇਰੀ ਸਿਫਤ ਹੈ ਲਿਖਣ ਤੋਂ ਬਾਅਦ ਦਾਤਾ, ਤੇਰੀ ਸ਼ਾਨ ਦੇ ਸ਼ਾਹਾਂ ਨੂੰ ਮਾਤ ਪੈਂਦੀ। ਲਾ ਕੇ ਬੈਠਦੇ ਜਦੋਂ ਦਰਬਾਰ ਦਾਤਾ, ਲਾ ਕੇ ਬੈਠਦੇ ਜਦੋਂ ਦਰਬਾਰ ਦਾਤਾ, ਤੇ ਦੇ ਕੇ ਖੰਡੇ ਦੀ ਧਾਰ ਤੋਂ ਜਨਮ ਸਾਨੂੰ ਲਾਇਆ, ਮੁੱਤੋਂ ਪਰੇ ਡੇਰਾ ਅੰਮ੍ਰਿਤ ਛਕਾ ਕੇ ਅਮਰ ਕਰ ਦਿੱਤਾ, ਹਨੇਰੇ ਚੋਂ ਕੱਢਿਆ ਦਿਖਾਇਆ ਸਵੇਰਾ, ਬਈ ਫੜਾਇਆ ਹਮੇਸ਼ਾ ਗੁਰਬਾਣੀ ਦਾ ਪੱਲਾ, ਪੰਜਰ ਕਹਿਤਾਂ ਤੋਂ ਬਚਣਾ ਸਿਖਾਇਆ, ਕੁੱਟ ਕੁੱਟ ਭਰ ਦਿੱਤੀ ਵੀਰਤਾ ਹੈ ਖਾਲਸੇ ਚ, ਬੰਦ ਬੰਦ ਇਹਨੂੰ ਕਟਵਾਉਣਾ ਵੀ ਆਉਂਦਾ, ਕਰ ਦਿੱਤਾ ਰੱਬੇ ਦੀਆਂ ਧਾਰਾਂ ਉਹ ਖੁੱਟੀਆਂ, ਡੋਲ ਤਾਂ ਕਦੇ ਨੀ ਜਦੋਂ ਖੁੱਪਰ ਲਹਾਉਂਦਾ, ਉਹ ਚੜ੍ਹ ਆਵੇ ਜਦੋਂ ਕੋਈ ਜੁਰਮਾਨਾ ਸਾਡੇ ਉੱਤੇ, ਕਹਿੰਦੇ ਚੜ੍ਹ ਆਵੇ ਜਦੋਂ ਕੋਈ ਜੁਰਮਾਨਾ ਸਾਡੇ ਉੱਤੇ, ਉਹਦੇ ਜੁਰਮਾਂ ਨੂੰ ਰੋਕਣ ਲਈ ਬਣਿਆ ਮੈਲੀ ਅੱਖ ਨਾਲ, ਜੇ ਕੋਈ ਸਿੱਖ ਪੰਥ ਵੱਲ ਵੇਖੇ ਉਹਦੀਆਂ ਦਾੜਾਂ ਤੇ ਘਸੋਣ ਠੋਕਣ ਲਈ ਬਣਿਆ, ਉਹਦੀਆਂ ਦਾੜਾਂ ਤੇ ਘਸੋਣ ਠੋਕਣ ਲਈ ਬਣਿਆ। ਸਵੇਰੇ ਸ਼ਾਮ ਦੀਵਾਨ ਸਜਦੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਦੀਵਾਨ ਵਿੱਚ ਸਵਾਇਮਾਨ ਹੁੰਦੇ, ਖੱਬੇ ਪਾਸੇ ਸੰਤ ਜਨਾਂ ਦੀ ਟੋਲੀ ਬੈਠਦੀ, ਖੁੱਲੇ ਚੋਗੇ ਵਧੇ ਹੋਏ ਸਰੀਰ, ਬਈ ਗਲ ਵਿੱਚ ਮਾਲਾ ਤੇ ਸੁਖਮਣੀ ਸਾਹਿਬ ਦੇ ਜਾਪ ਕਰਦੇ, ਜਿਹਨਾਂ ਦੇ ਮੁਖਾਰ ਪਿੰਡ ਵਿੱਚੋਂ ਆਵਾਜ਼ ਆਉਂਦੀ, ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉ ਨਾਨਕ, ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਪੂਰੇ ਗੁਰੂ ਦੇ ਗੁਣ ਗਾਉਂਦੇ। ਤੇ ਸੱਜੇ ਪਾਸੇ ਸੂਰਬੀਰ ਯੋਧੇ ਬੈਠਦੇ, ਜਿਹਨਾਂ ਦੇ ਸੀਸ ਤੇ ਦਮਾਲੇ, ਬਈ ਗੱਤ ਦੇ ਕਿਰਪਾਨ, ਮੋਢੇ ਤੇ ਢਾਲ ਅਤੇ ਮੋਢੇ ਤੇ ਕਮਾਨ, ਤੀਰਾਂ ਨਾਲ ਭਰੇ ਹੋਏ ਭੱਥੇ, ਜਦੋਂ ਸੂਰਮੇ ਜਕਾਰੇ ਛੱਡਦੇ, ਜਦੋਂ ਬਾਹੀ ਪਹਿਨੇ ਹੋਏ ਕੜੇ ਦਾ ਕੜਾ ਠਹਿਕਦਾ, ਉਹਨਾਂ ਸੂਰਬੀਰ ਯੋਧਿਆਂ ਦੇ ਮੁਖਾਰ ਪਿੰਡ ਵਿੱਚੋਂ ਆਵਾਜ਼ ਆਉਂਦੀ, ਖੰਡ ਮਹੰਡ ਖਲਦ ਖੰਡ ਅਖੰਡ ਮੰਡ ਭੰਡ ਪੰਡ ਅਖੰਡ ਤੇਜ ਪ੍ਰਚੰਡ ਜੋਤ ਅਮੰਡ ਭਾਨ ਪ੍ਰਭੰਗ,
ਸੁਖ ਸੰਤਾ ਸ਼ਬਦ ਗੁਰਮੁਖ ਦਰਨ ਕਲਮ ਖਾਨ ਅਸ ਸ਼ਬਦ ਜੈ 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 ਕਾਰਨ ਸ੍ਰੇਸ਼ਟ ਅਭਾਵ ਮੰਤਰ ਪਾਰਗ ਜਹ ਤੇ ਗੰਗ ਕਹਿੰਦੇ ਕਹਾਉਂਦੇ ਪਾਤਸ਼ਾਹ ਸ਼ਾਰ ਦੇਖ ਕੇ ਝੁੱਕ ਜਾਂਦੇ ਇੰਦਰਪੁਰੀ ਦੇ ਦੇਵਤੇ ਮਨ ਨੂੰ ਸਮਾਧੀਆਂ ਲਾ ਕੇ ਬਹਿੰਦੇ। ਇਸ ਦਿਨ ਦਸਵੇਂ ਪਾਤਸ਼ਾਹ ਦਾ ਦੀਵਾਨ ਸਜਿਆ ਹੋਇਆ, ਭਾਈ ਨੰਦ ਲਾਲ ਜੀ ਨੂੰ ਸੱਦਿਆ ਗਿਆ। ਕਹਿਣ ਲੱਗੇ ਗੁਰੂ ਕੀ ਲਾਡਲੀ ਫੌਜ ਤਿਆਰ ਹੈ, ਅਕਾਲ ਦਾ ਝੰਡਾ ਝੁਲ ਰਿਹਾ ਹੈ, ਤੇ ਨਗਾਰਾ ਕਿਉਂ ਨਹੀਂ ਵੱਜਿਆ? ਹੁਕਮ ਦੀ ਤਮੀਲ ਹੋਈ, ਨਗਾਰਾ ਪੜ ਕੇ ਲਿਆਂਦਾ ਗਿਆ। ਜਦੋਂ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਵੱਜੀਆਂ ਨਗਾਰੇ ਤੇ ਦਹਾੜ ਕਰਕੇ ਚੋਟਾਂ ਤੇ ਗੁਆਂਢੀ ਰਿਆਸਤਾਂ ਦੇ ਹੁਕਮਰਾਨ ਘਬਰਾ ਉੱਠੇ। ਕਹਿੰਦੇ ਜਦੋਂ ਭੀਮ ਚੰਦ ਦੇ ਰਾਜ ਨਗਾਰਾ ਖੜ ਗਿਆ, ਉਹਦੇ ਸੀਨੇ ਲੱਗੀ ਚੋਟ ਕਲੇਜਾ ਧੜ ਗਿਆ, ਉਹਦੇ ਖਾਧਾ ਖੂਨ ਅਵਾਰ ਅੱਖੀ ਰੜ ਗਿਆ, ਜੋ ਲੱਗੀ ਅੱਗ ਬਰੂਦ ਭਾਂਬੜ ਭੜ ਗਿਆ, ਉਹਦੇ ਦਿਲ ਵਿੱਚ ਖਾਧੀ ਖਾਰ ਤਮੂਹ ਕੜ ਗਿਆ। ਉਹ ਕਹਿੰਦਾ ਅੱਜ ਤੱਕ ਮੇਰੀ ਜੂਹ ਕੋਈ ਨਾ ਧੜ ਗਿਆ, ਇਹ ਕੌਣ ਕੋਈ ਰਣਵੀਰ ਨਵਾਹੀ ਧੜ ਗਿਆ, ਅੱਜ ਤੱਕ ਮੇਰੀ ਜੂਹ ਚੜਾ ਨਹੀਂ ਫੜ ਗਿਆ, ਇਹ ਕੌਣ ਕੋਈ ਰਣਵੀਰ ਨਵਾਹੀ ਧੜ ਗਿਆ, ਜੋ ਲੈ ਚੜਿਆ ਦਲ ਨਿਤ ਧੌਸੇ ਚੋਟਾ ਮਾਰਦਾ, ਜੋ ਰਾਜਪੂਤਾਂ ਦੀ ਅਣਖ ਨਿਤ ਵਿਗਾਰਦਾ, ਜੋ ਚੜਿਆ ਫਿਰੇ ਹੰਕਾਰ ਜੋ ਚੜਿਆ ਫਿਰੇ ਆਕਾਸ਼ ਮਤਾ ਹੰਕਾਰ ਦਾ, ਜਾਂ ਰਾਜਪੂਤਾਂ ਦੀ ਵੇਖੇ ਹੱਥ ਤਲਵਾਰ ਦਾ, ਉਹਦਾ ਲੱਥੇ ਰੰਡਾ ਚਾਹ ਸ਼ਾਹ ਸਵਾਰ ਦਾ। ਕਹਿੰਦਾ ਦੱਸੋ ਇਹ ਕੌਣ ਹੈ ਆਪਣੀ ਅਜਲ ਨੂੰ ਬਾਜਾ ਮਾਰਦਾ? ਭੀਮ ਚੰਦ ਦੇ ਲਾਗੇ ਵਿੱਚ ਪੈਂਦਾ ਬਿਲਾਸਪੁਰ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ। ਜਦੋਂ ਸੁਣੀ ਇਹਨੇ ਨਗਾਰੇ ਦੀ ਚੋਟ, ਇਹਨੇ 22 ਧਾਰ ਪਹਾੜੀਆਂ ਦੀ ਮੀਟਿੰਗ ਬੁਲਾ ਲਈ ਦਸਵੇਂ ਪਾਤਸ਼ਾਹ ਦੇ ਬਰਖਿਲਾਫ਼। ਇਹ 22 ਧਾਰ ਪਹਾੜੀਏ ਕੌਣ ਨੇ? ਇਹ 22 ਧਾਰ ਬੇਈਮਾਨ ਪਹਾੜੀਏ ਉਹ ਨੇ ਜਿਨ੍ਹਾਂ ਦੇ ਵੱਡਿਆਂ ਵਡੇਰਿਆਂ ਨੂੰ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਮਹਾਰਾਜ ਜੀ ਨੇ ਗਵਾਲੀਅਰ ਦੀ ਕੈਦ ਚੋਂ ਰਿਹਾ ਕਰਾਇਆ ਸੀ, ਉਹਨਾਂ ਪਰ ਉਪਕਾਰਾਂ ਬਦਲੇ ਗੁਰੂ ਨਾਨਕ ਦੀ ਦਸਵੀਂ ਜੋਤ ਦੇ ਵਿਰੋਧ ਮੀਟਾ ਕਰ ਰਹੇ ਨੇ, ਜ਼ਹਿਰ ਉਗਲਦੇ ਨੇ। ਪਰ ਦੂਸਰੇ ਪਾਸੇ ਖਾਲਸੇ ਦਾ ਜਨਮ ਤੇਗ ਦੀ ਧਾਰ ਤੋਂ ਹੋਇਆ ਹੈ, ਗਰੀਬਾਂ ਤੇ ਮਜ਼ਲੂਮਾਂ ਦਾ ਸਹਾਰਾ ਜਦੋਂ ਬੁਲਾਉਂਦਾ ਚਕਾਰਾ, ਆਕਾਸ਼ ਤੇ ਧਰਤੀ ਡੋਲਦੀ, ਗੋਬਿੰਦ ਮਰਗਿੰਦ ਗੁਰੂ ਹਿੰਦ ਬਖਸ਼ਿਦ ਦਾਤੇ, ਓਏ ਦੁਖੀਆਂ ਦੇ ਤਾਰਨੇ ਦੀ ਸਾਜਿਆ ਹੈ ਖਾਲਸਾ, ਦੇੜ ਇਤਿਹਾਸ ਦਾ ਨਿਆਸ ਦੇ ਲੋਟਿਆਂ ਨੂੰ ਡਿੱਗਿਆ ਅਭਾਵੇ ਨੂੰ ਸਾਜਿਆ ਹੈ ਖਾਲਸਾ, ਭਈ ਲੋਟਿਆਂ ਹਸਾਣ ਬੰਦੇ ਛਡਵਾਣ ਹੈ ਲੁਕੜੇ ਨਵਾਣ ਨੂੰ ਸਾਜਿਆ ਹੈ ਖਾਲਸਾ, ਆ ਚਾਲ ਵਾਲੀ ਜੜ ਪੁਟਿਆਕੀਆਂ ਨਵਾਣ ਹਿੰਦ ਪਾਪੀਆਂ ਦੇ ਮਾਰਨੇ ਨੂੰ ਸਾਜਿਆ ਹੈ ਖਾਲਸਾ, ਵੀਰ ਦਸ਼ਮੇਸ਼ ਦੇ ਕਲੇਸ਼ ਦੇ ਹਾਂਹਾਰੇ ਤੇਰੀ ਲਲਕਾਰ ਸੁਣ ਸਾਰਾ ਸੰਸਾਰ ਡਰੇ, ਚੜ੍ਹਦਾ ਤੇ ਲਹਿੰਦਾ ਡਰੇ ਦੱਖਣ ਪਹਾੜ ਡਰੇ ਸੁਣ ਕੇ ਭਾਵਕ ਤੇਰੀ ਰਾਜੇ ਭਾਈ ਢਾਲ ਕਰੇ, ਅਰਬ ਅਧਾਨ ਡਰੇ ਮਿਸ਼ਰ ਚਨਾਰ ਡਰੇ ਦਿਲੀਮਲ ਤਾਂ ਡਰੇ ਕਾਬਲ ਕੰਧਾਰ ਡਰੇ ਪਾਕਿਆਂ ਨੂੰ ਮਾਡੀ ਡਰੇ ਰਾਜਾ ਜਦੋਂ ਹਾਣਾ ਡਰੇ, ਆਹ ਝੋਲੀ ਚੁੱਕ ਚੌਧਰੀ ਨਕਾਰੀ ਸਰਕਾਰ ਡਰੇ, ਤੀਨ ਲੋਕ ਵਿੱਚ ਤੇਰੀ ਧਾਰ ਵੀਰ ਖਾਲਸਾ ਹੈ, ਬ੍ਰਹਮਾ ਇੰਦਰ ਡਰੇ ਚੰਦ ਡਰੇ ਭਾਂਡ ਡਰੇ ਦੇਵਤਾ ਤੇ ਡਹਿ ਡਰੇ ਸੁਣ ਦੇ ਅਸੁਰ ਡਰੇ ਪੌਂਡ ਡਰੇ ਮੇਘ ਡਰੇ ਜਿਵੀ ਅਸਮਾਨ ਡਰੇ ਲਾਲਨਾ ਸਿੰਘ ਡਰੇ ਮੁੰਨੀ ਤੇ ਮਲੇਸ਼ ਡਰੇ ਤੁਰਕ ਤਰਾਨੀ ਡਰੇ ਮੁਗਲ ਪਠਾਨੀ ਡਰੇ, ਔਰ ਪੀਰਤਾ ਬਹਾਦਰੀ ਤੇ ਹੱਟੀਆਂ ਦਾ ਹੱਕ ਆਏ ਹੌਸਲੇ ਹੰਕਾਰੀਆਂ ਤੇ ਵੈਰੀਆਂ ਦੀ ਜਾਨ ਡਰੇ, ਆ ਸੁਣ ਕੇ ਜਕਾਰਾ ਤੇਰਾ ਡੋਲ ਜਾਏ ਧੌਲ ਸ਼ੇਰਾ, ਕਹਿੰਦੇ ਕੰਮ ਜਾ ਪਾਲ ਸ਼ੇਸ਼ ਨਾਗ ਜੀ ਦੀ ਜਿੰਦ ਡਰੇ, ਜੰਗਲ ਪਹਾੜ ਪੀਆ ਬਾਂਸੋ ਫਾਂ ਕੰਬੇ, ਚਿਤਨਾ ਬਘੇਦਰ ਦੇ ਮਹਿਕ ਮਰਗਿੰਦ ਡਰੇ, ਅੱਜ ਤੋਂ ਬਗਾਲ ਤੱਕ ਸਾਗਰ ਹਰਮਾਲਾ ਤੱਕ ਬਾਬਰ ਹਰਮਾਲੀ ਸ਼ਾਹ ਜਹਾਨ ਵਾਲੀ ਸ਼ਾਹ ਜਹਾਨ ਵਾਲੀ ਹਿੰਦ ਡਰੇ, ਉਹ ਸ਼ਾਹ ਦੇ ਸੁੱਤਾ
ਹਰ ਥਰ ਜਹਾਂ ਗੀਰ ਕੰਬੇ, ਲਾਲ ਕਿਲੇ ਦਿੱਲੀ ਵਿੱਚ ਬੈਠਾ ਪਰਲੈਨ ਡਰੇ, ਉਹ ਸੁਣ ਕੇ ਜਕਾਰਾ ਜੈ ਜੈ ਪੈ ਮੰਡਪ ਦੇ ਗੁਰੂ ਕੇ ਸਰੂਪ ਤੇਰੀ ਗੂੰਜੇ ਤਨ ਲੋਕ ਜੈ, ਹਾਰ ਜਾਂਦੇ ਹੌਸਲਾ ਹੰਕਾਰੀਆ ਛੱਡ ਪੈਂਦੇ, ਰੱਤ ਨਾਲ ਲਿਖੇ ਜਦੋਂ ਤੀਰਵਾਰੀ ਲੋਕ ਜੈ, ਫਤਿਹ ਜਾਂ ਬੁਲਾਵੇ ਤਾਂ ਅਜਿਤ ਕਲੇ ਫਤਿਹ, ਹੁਣ ਕਿਹੜਾ ਬਲਵਾਨ ਜਿਹੜਾ ਥੱਕੇ ਤੇਰੀ ਲੋਕ ਜੈ, ਓਏ ਪ੍ਰਿਥਵੀ ਦੇ ਭੱਟ ਸੱਚ ਖੰਡ ਦੇ ਗੰਧਰ ਕੌਣ, ਜੈ ਗੁਰੂ ਪੰਥ ਤੇਰੀ ਲੋਕ ਪਰਲੋਕ ਜੈ, ਜੈ ਗੁਰੂ ਪੰਥ ਤੇਰੀ ਲੋਕ ਪਰਲੋਕ ਹੈ, ਲੋਕ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ, ਪਹਾੜੀ ਰਾਜਿਆਂ ਤੋਂ ਬੇਈਮਾਨਾਂ ਤੋਂ ਝੱਲੀ ਗੰਨਾ ਗਈ, ਭੀਮ ਚੰਦ ਦੀ ਕਮਾਂਡ ਦੇ ਹੇਠ ਬਿਲਾਸਪੁਰ ਦੇ ਮਹਿਲਾਂ ਵਿੱਚ, ਜਿਵੇਂ ਦਸਵੇਂ ਪਾਤਸ਼ਾਹ ਦੇ ਵਰਖਲਾ ਮੀਟਿੰਗ ਬੁਲਾ ਰਹੇ ਨੇ, ਢਾਡੀ ਜਥਾ ਐਂ ਬਲੇਖਾ ਲਿਆ ਹੈ ਬਾਈ, thank you.
ਆਹ
ਨਗਾਰੇ ਖੜਕਾਉਂਦਾ ਸ਼ਿਕਾਰ ਨੂੰ ਚੜਦਾ। ਇਹਨੂੰ ਬੜਾ ਸਮਝਾਇਆ, ਕਈ ਬੰਦੇ ਪਰਮਾਤਮਾ ਨੂੰ ਮੰਨਣ ਵਾਲੇ ਹੁੰਦੇ ਹਨ, ਵੇ ਕਿਹਾ ਇਹਨੂੰ ਰਾਜੇ ਨੂੰ ਕਿ ਕਾਲਪੁਰਖ ਪਰਮਾਤਮਾ ਦਾ ਰੂਪ ਹੈ, ਇਹਤੇ ਕਾਲਪੁਰਖ ਪਰਮਾਤਮਾ ਦਾ ਹੁਕਮ ਜਾਣ ਆਇਆ ਹੈ। ਪਰ ਕਹਿੰਦੇ ਜਦੋਂ ਬੰਦਾ ਹੰਕਾਰ ਦੇ ਢਾਹੇ ਚੜ੍ਹਦਾ ਹੈ ਨਾ, ਜਦੋਂ ਬੰਦੇ ਨੂੰ ਹੰਕਾਰ ਦੀ ਪਾਨ ਚੜ੍ਹਦੀ ਹੈ, ਉਹ ਫਿਰ ਬੰਦਾ ਬੰਦਾ ਨਹੀਂ ਰਹਿ ਜਾਂਦਾ, ਉਹ ਸ਼ੈਤਾਨ ਬਣ ਜਾਂਦਾ ਹੈ। ਕਹਿੰਦੇ ਹੰਕਾਰ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ, ਪੌੜੀ ਜੁਲਮਾਂ ਦੀ ਪੱਕੀ ਚੜ੍ਹਾ ਦਿੰਦਾ, ਬਈ ਪੱਲੇ ਵਿੱਚ ਸਚਿਆਈ ਨਹੀਂ ਰਹਿਣ ਦਿੰਦਾ ਤੇ ਬਾਣੀ ਪੰਜ ਦਾ ਸਮਾਂ ਲਗਾ ਦਿੰਦਾ। ਸੁੱਖਾ ਭਰੀ ਜ਼ਿੰਦਗੀ ਦੁੱਖਾਂ ਨਾਲ ਭਰਦੀ, ਔਰ ਕੀਤੀ ਕਤਰੀ ਨੂੰ ਖੂਹ ਵਿੱਚ ਪਾ ਦਿੰਦਾ। ਕੰਡਾ ਲੱਗਦਾ ਜਦੋਂ ਹੰਕਾਰ ਵਾਲਾ ਤੇ ਬੰਦ ਜੰਡ ਹਨੇਰੇ ਵਿੱਚ ਪਾ ਦਿੰਦਾ, ਬੰਦ ਜੰਡ ਹਨੇਰੇ ਵਿੱਚ ਪਾ ਦਿੰਦਾ। ਇਹਨੂੰ ਸਮਝਾਇਆ ਕਿ ਦਸਵੇਂ ਪਾਤਸ਼ਾਹ ਦੇ ਨਾਲ ਮੱਥਾ ਨਾ ਲਈਏ, ਇਹ ਆਪ ਵੀ ਜਾਣਦਾ ਸੀ। ਪਰ ਨਹੀਂ, ਇਹਨੇ ਬਾਈ ਧਾਰ ਪਹਾੜੀ ਰਾਜਿਆਂ ਦੀ ਮੀਟਿੰਗ ਬੁਲਾਈ। ਉਸ ਮੀਟਿੰਗ ਦੇ ਵਿੱਚ ਦਸਵੇਂ ਪਾਤਸ਼ਾਹ ਦੇ ਬਰਖਲਾਫ ਮਤੇ ਪਾਸ ਕਰ ਰਹੇ ਨੇ ਕਿ ਤਿੰਨ ਦਿਨਾਂ ਦੇ ਵਿੱਚ ਵਿੱਚ ਅਨੰਦਪੁਰ ਸਾਹਿਬ ਨੂੰ ਢਹਿ ਢੇਰੀ ਕਰਕੇ ਸਿੱਖਾਂ ਦਾ ਦਸਵਾਂ ਗੁਰੂ ਫੜ ਕੇ ਸਿੱਖਾਂ ਨੂੰ ਮਾਰ ਮੁਕਾ ਕੇ ਮੇਰੇ ਪੇਸ਼ ਕੀਤਾ ਜਾਵੇ। ਤੇ ਇੱਕ ਬਾਈ ਧਾਰ ਪਹਾੜੀਆ ਕੇਸਰੀ ਚੰਦ ਉੱਠਿਆ, ਕਹਿੰਦਾ ਜੀ ਤੁਸੀਂ ਤਿੰਨ ਦਿਨਾਂ ਦੀ ਗੱਲ ਕਰਦੇ ਹੋ, ਮੈਂ ਤੇ ਤਿੰਨ ਘੰਟਿਆਂ ਵਿੱਚ ਅਨੰਦਪੁਰ ਸਾਹਿਬ ਨੂੰ ਢਹਿ ਢੇਰੀ ਕਰ ਦੇਵਾਂਗਾ। ਕਹਿੰਦੇ ਜਦੋਂ ਜਬਰ ਜ਼ੁਲਮ ਦੀ ਅੱਤ ਹੋ ਜਾ ਫਿਰ ਹਨੇਰਪੂਰ ਦਾ ਸ਼ਾਹ ਜਾਂਦਾ, ਜਦੋਂ ਜਬਰ ਜ਼ੁਲਮ ਦੀ ਅੱਤ ਹੋ ਜਾ ਫਿਰ ਹਨੇਰਪੂਰ ਦਾ ਸ਼ਾਹ ਜਾਂਦਾ, ਜਪ ਸੱਤ ਫਿਰ ਆਉਂਦਾ ਰੇਤਾਂ ਵਿੱਚ ਹਰ ਮਰਦ ਕਲਾਵੇ ਪੈ ਜਾਂਦਾ, ਮਾਇਆ ਦੀ ਘੁੰਮਣ ਘੇਰੀ ਵਿੱਚ ਮਨ ਪਾਗਲ ਹੋਇਆ ਫਿਰਦਾ ਹੈ, ਛੱਟ ਮੋਤੀਆਂ ਵੰਡ ਜਾਂਦਾ ਤੇ ਕੌਡਾ ਪੱਲੇ ਲੈ ਜਾਂਦਾ। ਕਹਿੰਦੇ ਹੋਮੇ ਨੇ ਪਾਵਰ ਕਰ ਦਿੱਤਾ ਜੋ ਭੀਮ ਚੰਦ ਕਹਿਲੂਰ ਮਸੇ, ਹੋਮੇ ਨੇ ਪਾਵਰ ਕਰ ਦਿੱਤਾ ਜੋ ਭੀਮ ਚੰਦ ਕਹਿਲੂਰ ਮਸੇ, ਜਦ ਸੁਣ ਲਈ ਗੂੰਜ ਨਗਾਰੇ ਦੀ ਤੇ ਰੜਦੇ ਪਿਆ ਦਸਤੂਰ ਦੱਸਿਓ, ਆਖੇ ਕਿਹੜਾ ਆਗੀ ਹੈ ਜਿਹੜਾ ਧੌਸੇ ਨਿੱਤ ਵਜਾਉਂਦਾ ਹੈ, ਨਹੀਂ ਫਲਕੂ ਜਿਹੜੀ ਇਲਾਕੇ ਵਿੱਚ, ਤੇ ਉਹ ਮੰਨਦਾ ਪਿਆ ਗਰੂਰ ਦੱਸੇ, ਉਹ ਮੰਨਦਾ ਪਿਆ ਗਰੂਰ ਦੱਸੇ। ਕੇਸ ਵੀ ਚੰਦ ਕਹਿਣ ਲੱਗਾ, ਰਾਜਾ ਜੀ ਉਹ ਤੁਸੀਂ ਤਿੰਨ ਦਿਨਾਂ ਦੀ ਗੱਲ ਕਰਦੇ ਹੋ, ਮੈਂ ਤਿੰਨ ਘੰਟਿਆਂ ਦੇ ਵਿੱਚ ਅਨੰਦਪੁਰ ਸਾਹਿਬ ਨੂੰ ਢਹਿ ਢੇਰੀ ਕਰ ਦੇਵਾਂਗਾ। ਬਾਕੀ ਰਾਜੇ ਕਹਿਣ ਲੱਗੇ ਕੇਸਰੀ ਚੰਦ ਜੀ ਉਹ ਤੁਸੀਂ ਤਿੰਨ ਘੰਟਿਆਂ ਵਿੱਚ ਕਿਵੇਂ ਢਹਿ ਢੇਰੀ ਕਰ ਦੋਗੇ, ਉਹਨਾਂ ਕਿਲਿਆਂ ਦੇ ਦਰਵਾਜ਼ੇ ਕੋਈ ਕੱਚੇ ਪਿੱਲੇ ਦਰਵਾਜ਼ੇ ਨਹੀਂ, ਉਹ ਸਰਬ ਲੋਹ ਦੇ ਦਰਵਾਜ਼ੇ ਬਣੇ ਨੇ। ਇਹ ਕਹਿਣ ਲੱਗਾ ਮੇਰੇ ਕੋਲ ਹਾਥੀ ਹੈ, ਮੈਂ ਉਹਨੂੰ ਸ਼ਰਾਬੀ ਕਰਾਂਗਾ, ਉਹਦੇ ਮੱਥੇ ਤੇ ਫਲਾਦੀ ਤਵੇ ਪੀੜਾਂਗਾ, ਉਹਦੀ ਸੁੱਟ ਦੇ ਨਾਲ ਤਲਵਾਰਾਂ ਪੰਨਾਂਗਾ,
ਉਹਦੇ ਉੱਤੇ ਮਹਾਂਤ ਮਹਾਰਾਜਾ ਨੂੰ ਨਾਮ ਦੇਵਾਂਗਾ, ਹਾਥੀ ਟੱਕਰਾ ਮਾਰ ਮਾਰ ਕੇ ਕਿਲੇ ਦੇ ਦਰਵਾਜ਼ੇ ਤੋੜ ਦੇਵੇਗਾ। ਇਹਨੂੰ ਫਿਰ ਸਮਝਾਇਆ ਬਾਕੀ ਰਾਜਿਆਂ ਨੇ, ਕਹਿਣ ਲੱਗੇ ਕੇਸਰੀ ਚੰਦ ਉਹਨਾਂ ਕਿਲਿਆਂ ਦੇ ਦਰਵਾਜ਼ੇ ਕੋਈ ਕੱਚ ਜਾਂ ਸ਼ੀਸ਼ੇ ਦੇ ਨਹੀਂ ਬਣੇ ਹੋਏ, ਉਹ ਪੱਕੇ ਸੜਕ ਲੋਹੇ ਦੇ ਦਰਵਾਜ਼ੇ ਨੇ ਤੇ ਉਸ ਫੈਕਟਰੀ ਵਿੱਚ ਤਿਆਰ ਹੋਏ ਨੇ ਜਿੱਥੇ ਦਸਵੇਂ ਪਾਤਸ਼ਾਹ ਦੀ ਜਿਹੜੀ ਫੈਕਟਰੀ ਵਿੱਚ ਹਥਿਆਰ ਤਿਆਰ ਹੁੰਦੇ ਨੇ। ਇਹਦੇ ਫਿਰ ਦਾ ਕੇਸ ਹੋਇਆ, ਕਹਿਣ ਲੱਗਾ ਮੈਂ ਆਪਣੇ ਹਾਥੀ ਨੂੰ ਮੱਧ ਪਲਾਵਾਂਗਾ, ਸ਼ਰਾਬ ਪਲਾਵਾਂਗਾ, ਸ਼ਰਾਬ ਵਿੱਚ ਭੀਮ ਘੋਟ ਕੇ ਪਲਾਵਾਂਗਾ। ਮੱਧ ਵਿੱਚ ਰੱਜਿਆ ਹੋਇਆ ਹਾਥੀ ਸ਼ਰਾਬ ਦੇ ਨਸ਼ੇ ਵਿੱਚ ਟੱਕਰਾ ਮਾਰ ਮਾਰ ਕੇ ਕਿਲੇ ਦੇ ਦਰਵਾਜ਼ੇ ਤੋੜ ਦੇਵੇਗਾ, ਮਰ ਤੇ ਜਾਵੇਗਾ ਪਰ ਕਿਲੇ ਦੇ ਦਰਵਾਜ਼ੇ ਤੋੜੇ ਬਿਨਾਂ ਵਾਪਸ ਨਹੀਂ ਆਵੇਗਾ। ਨਾ ਚਾਹੁੰਦਿਆਂ ਹੋਇਆ ਵੀ ਬਾਕੀ ਰਾਜਿਆਂ ਨੂੰ ਇਹਦੀ ਹਾਂ ਵਿੱਚ ਹਾਂ ਬੁਲਾਉਣੀ ਪਈ, ਕਿਉਂਕਿ ਜਾਣਦੇ ਸੀ ਕਿ ਜਿਹੜਾ ਦਸਵੇਂ ਪਾਤਸ਼ਾਹ ਤੇ ਚੜ੍ਹ ਕੇ ਗਿਆ ਉਹ ਕਰੀ ਸੁੱਕਾ ਨਹੀਂ ਆਇਆ ਬਚ ਕੇ, ਉਹਨਾਂ ਵਰਗਾ ਕੋਈ ਦੁਨੀਆਂ ਤੇ ਜਰਨੈਲ ਨਹੀਂ। ਇਹ ਸਾਰੀ ਮੀਟਿੰਗ ਦੀ CID ਇੱਕ ਲਈ ਸੂਈ ਇਹਦੇ ਦਸਵੇਂ ਪਾਤਸ਼ਾਹ ਦੇ ਸਿੱਖ ਨੇ। ਹੋਇਆ ਘੋੜੇ ਤੇ ਸਵਾਰ ਤੇ ਅਨੰਦਪੁਰ ਸਾਹਿਬ ਜਾ ਕੇ ਸਾਰੀ ਸੂਹ ਦੇ ਦਿੱਤੀ, ਲੱਗੇ ਦਰਬਾਰ ਦੇ ਵਿੱਚ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ ਜੀ 22 ਧਾਰ ਪਹਾੜੀਏ ਤੁਹਾਡੇ ਵਰ ਖਿਲਾਫ ਜੰਗ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ, ਹਾਥੀ ਨੂੰ ਸ਼ਰਾਬੀ ਕਰਕੇ ਉਹਦੇ ਮੱਥੇ ਤੇ ਫਲਾਦੀ ਤਵੇ ਪੀੜ ਕੇ ਉਹਦੀ ਸੁੱਟ ਨਾਲ ਵੱਧ ਕੇ ਤੇਜ ਤਲਵਾਰਾਂ ਤੇ ਕਟਾਰਾਂ ਲਿਆ ਰਹੇ ਨੇ ਅਨੰਦਪੁਰ ਸਾਹਿਬ ਦੇ ਕਿਲੇ ਢਾਉਣ ਲਈ। ਦਸਵੇਂ ਪਾਤਸ਼ਾਹ ਦੇ ਚਿਹਰੇ ਤੇ ਆਇਆ ਜਲਾਲ, ਮਾਲਾ ਵਾਲਾ ਹੱਥ ਤਲਵਾਰ ਦੀ ਮੁੜ ਤੇ ਚਲੇ ਗਿਆ, ਪੜਿਆ ਵੀਰਾਂ ਦਾ ਸ਼ਬਦ ਕਾਕਾ ਕਾਤੀ ਕਟਾਰੀ ਕੜਾਕੂ ਤਾਕਟੂ ਤੀਰ ਤਪਕੂ ਤੜਾਕੂ ਝਾਪੜ ਕਾਕਟਨ ਬਾਕਟਨ ਬਾਜੇ ਹਾਏ ਕਾਕਟਨ ਗਾਜੀ ਮਹਾ ਗੱਜ ਗਾਜੇ ਸਾਕਟਨ ਸੂਰਤ ਕਾਕਟਨ ਗੋਪਕ ਪਾਕਟਨ ਪਰਮ ਰੰਗ ਭਾਵ ਰੂਪੰਗ ਆਉ ਸਾਕਟਨ ਸ਼ਸਤਰ ਝਾਕਟਨ ਝਾੜੇ ਬਾਕਟਨ ਤੀਰ ਡਾਕ ਡੰਗ ਢਕਾਏ। ਛੱਡਿਆ ਦਸਵੇਂ ਪਾਤਸ਼ਾਹ ਦੇ ਜਕਾਰਾ ਆਇਆ ਚਿਹਰੇ ਤੇ ਜਲਾਲ, ਮਸੰਦ ਸੁੱਕ ਕੇ ਡਰ ਗਏ। ਜਿਹੜੇ ਮਸੰਦ ਜਦੋਂ ਖੰਡੇ ਬਾਟੇ ਦੀ ਧਾਰ ਤੋਂ ਖਾਲਸਾ ਸਾਜਿਆ ਜਾ ਰਿਹਾ ਸੀ, ਜਾ ਕੇ ਮਾਤਾ ਗੁਜਰੀ ਦੇ ਚਰਨਾਂ ਵਿੱਚ ਬਹਿ ਗਿਆ ਸੀ ਕਿ ਦਸਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ ਤੋਂ ਲਾਹ ਦਿਓ, ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਗੁਰਤਾ ਗੱਦੀ ਤੇ ਬਿਠਾ ਦਿਓ। ਉਹ ਮਸਾਦਾ ਚ ਫੇਰ ਡਰ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਹਾਥੀ ਦੇ ਨਾਲ ਕੌਣ ਲੜੇਗਾ, ਰਾਜੇ ਚੜ੍ਹ ਕੇ ਆ ਰਹੇ ਨੇ। ਅੱਗੋਂ ਦਸਵੇਂ ਪਾਤਸ਼ਾਹ ਕਹਿਣ ਲੱਗੇ 22 ਧਾਰ ਪਹਾੜੀਏ ਹੋ ਗਏ ਮੁਕਾਰੇ, ਉਹ ਬੂਹਾ ਕਲੇ ਦਾ ਤੋੜ ਨੂੰ ਫਿਰਦੇ ਹੰਕਾਰੇ, ਸੱਚ ਧਰਮ ਦੇ ਸੱਚ ਝੂਠਦੇ ਹੋਣਗੇ ਰਣ ਵਿੱਚ ਉਤਾਰੇ, ਤੁਸੀਂ ਧਰਮ ਯੁੱਧ ਦੇ ਸੂਰਿਓ ਕਰ ਲਓ ਤਿਆਰੇ, ਇਹ ਸਮਾਂ ਵੇਲਾ ਕਰੇਗਾ ਕੌਣ ਜਿੱਤੇ ਤੇ ਕੌਣ ਹਾਰੇ, ਇਹਦੇ ਮੈਦਾਨ ਦੇ ਵਿੱਚ ਪਤਾ ਲੱਗੇਗਾ ਕੌਣ ਜਿੱਤੂਗਾ ਤੇ ਕੌਣ ਹਾਰੇਗਾ। ਇੱਕ ਹਾਥੀ ਕੀ ਭਾਵੇਂ ਸਾਰੀ ਦੁਨੀਆਂ ਦੇ ਹਾਥੀ ਇਕੱਠੇ ਕਰਕੇ ਲੈ ਆਉਣ, ਸੰਤਾਂ ਦਾ ਮਹਾਂਪੁਰਸ਼ਾਂ ਦਾ ਕਥਨ ਹੈ ਅਗਰ ਜ਼ਿੰਦਗੀ ਚਾਹੁੰਦਾ ਤੇ ਮੌਤ ਲਈ ਤਿਆਰ ਹੋ ਜਾ, ਆਜ਼ਾਦੀ ਚਾਹੁੰਦਾ ਤੇ ਕੁਰਬਾਨੀ ਲਈ ਕਮਲ ਵਸਤਾ ਕਰ, ਅਮਨ ਚਾਹੁੰਦਾ ਤੇ ਜੰਗ ਦੀ ਤਿਆਰੀ ਕਰ, ਓਏ ਮੌਤ ਵਿੱਚੋਂ ਜ਼ਿੰਦਗੀ ਕੁਰਬਾਨੀ ਵਿੱਚੋਂ ਆਜ਼ਾਦੀ ਤੇ ਜੰਗ ਵਿੱਚੋਂ ਜਦੋਂ ਵੀ ਪੈਦਾ ਹੋਵੇਗਾ ਅਮਲ ਪੈਦਾ ਹੋਵੇਗਾ ਖਾਲਸਾ ਅਕਾਲ ਪੁਰਖ ਦੀ ਫੌਜ ਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਹੰਕਾਰੀ ਨਹੀਂ, ਖਾਲਸਾ ਸਵੈਮਾਨੀ ਹੈ, ਖਾਲਸਾ ਬਹਾਦਰ ਹੈ, ਹਿੰਕਣ ਵਾਲਾ ਨਹੀਂ, ਅਠੀਲਾ ਹੈ, ਸਿਆਣਾ ਹੈ, ਦੂਰ ਅੰਦੇਸ਼ੀ ਦਾ ਮਾਲਕ ਹੈ, ਯਕੀਨੀ ਹੈ, ਕਾਨੂੰਨੀ ਹੈ, ਖਾਲਸਾ ਧੱਕੇਸ਼ਾਹੀ ਦੇ ਜ਼ੁਲਮ ਦਾ ਵਿਰੋਧੀ ਹੈ, ਪਹਿਲਾਂ ਕੁਝ ਕਹਿਣਾ ਨਹੀਂ ਤੇ ਪਿੱਛੋਂ ਹਟ ਕੇ ਬਹਿਣਾ ਨਹੀਂ, ਅੱਗੇ ਵਧਣਾ ਬਈ, ਡਟ ਕੇ ਜ਼ੁਲਮ ਦਾ ਮੁਕਾਬਲਾ ਕਰਨਾ, ਜ਼ੁਲਮ ਸਹਿਣ ਵਾਲਾ ਬੋਝਲ ਹੈ ਤੇ ਜ਼ੁਲਮ ਕਰਨ ਵਾਲਾ ਪਾਪੀ ਹੈ, ਦੋਨੇ ਅਗਿਆਨੀ ਨੇ। ਤੇ ਲੱਗੇ ਦਰਬਾਰ ਦੇ ਵਿੱਚ ਸੰਗਤਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਜੀ ਹੁਣ ਹਾਥੀ ਦੇ ਨਾਲ ਕੌਣ ਲੜੇਗਾ, ਉਹਦਾ ਨਾਮ ਰੋਸ਼ਨ ਕੀਤਾ ਜਾਵੇ। ਤੇ ਦਸਵੇਂ ਪਾਤਸ਼ਾਹ ਕਹਿਣ ਲੱਗੇ ਸਾਡਾ ਹਾਥੀ ਦੁਨੀ ਚੰਦ ਹਾਥੀ ਦੇ ਨਾਲ ਲੜੇਗਾ। ਦੁਨੀ ਚੰਦ ਦਾ ਨਾਂ ਲੈਣ ਦੀ ਦੇਰ ਸੀ, ਇਹਨੂੰ ਧਰਤੀ ਕੰਪਨੀ ਤੇ ਸਮਾਨ ਡੋਲਦਾ ਨਜ਼ਰ ਆਇਆ, ਪੂਰੇ ਗੁਰੂ ਤੇ ਵਿਸ਼ਵਾਸ ਨਹੀਂ ਸੀ, ਇਹਨੂੰ
ਪੂਰੇ ਗੁਰੂ ਤੋਂ ਭਰੋਸਾ ਉੱਠ ਗਿਆ, ਵਿਸ਼ਵਾਸ ਉੱਠ ਗਿਆ। ਦੀਵਾਨ ਸਮਾਪਤੀ ਹੋਈ, ਇਹਨੇ ਜਾ ਕੇ ਜਦੋਂ ਆਪਣੇ ਤੰਬੂਆਂ ਵਿੱਚ ਗਏ, ਡੇਰੇ ਤੇ ਗਏ, ਇਹਨੇ ਆਪਣੇ ਹਮ ਖਿਆਲੀ ਸਾਥੀ ਨਾਲ ਲੈ ਉਹਨਾਂ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ। ਕਹਿਣ ਲੱਗਾ ਕਿੱਥੇ ਹਾਥੀ ਤੇ ਕਿੱਥੇ ਬੰਦਾ। ਕਹਿੰਦਾ ਬੰਦਾ ਸ਼ਰਾਬੀ ਹੋਇਆ ਨਹੀਂ ਫੜਿਆ ਜਾਂਦਾ, ਹਾਥੀ ਨੂੰ ਕਿਹੜਾ ਫੜ ਲੂ, ਹਾਥੀ ਨਾਲ ਕਿਹੜਾ ਲੜ ਲੂ। ਜੇ ਮੈਂ ਜਵਾਬ ਦਿੰਦਾ ਤਾਂ ਮੇਰੀ ਸੰਗਤ ਵਿੱਚ ਬੇਇੱਜ਼ਤੀ, ਤੇ ਜੇ ਮੈਂ ਹਾਥੀ ਦੇ ਨਾਲ ਲੜਦਾ ਤੇ ਮੈਨੂੰ ਉਹਦੇ ਮੌਤ ਦਿੰਦੀ ਹੈ। ਇਹਦੇ ਸਾਥੀਆਂ ਨੂੰ ਲਿਆ ਨਾਲ ਨਾਲ, ਕਹਿੰਦਾ ਅਸੀਂ ਇਹਨੂੰ ਗੁਰੂ ਬਣਾਉਣ ਵਾਲੇ ਤੇ ਸਾਨੂੰ ਮਸੰਦਾਂ ਨੂੰ ਇਹ ਖਤਮ ਕਰਨਾ ਚਾਹੁੰਦਾ ਹੈ। ਇਹਨੇ ਰਾਤ ਨੂੰ ਆਪਦੀ ਡਿਊਟੀ ਭੱਜਣ ਦੇ ਬਹਾਨੇ ਲਾ ਲਈ ਨਾਲ ਸਾਥੀਆਂ ਦੇ, ਆਪਦੇ ਹਮ ਖਿਆਲੀ ਸਾਥੀ ਨਾਲ ਲੈ ਕਿਲੇ ਦੀਆਂ ਕੰਧਾਂ ਦੇ ਨਾਲ ਕੇ ਡਿਊਟੀ ਕਰਨ ਲੱਗਾ। ਔਰ ਰਾਤ ਨੂੰ ਇਹਨੇ ਜਿਹੜੀ ਸਾਜਿਸ਼ ਰਚੀ ਸੀ ਉਹਦੇ ਮੁਤਾਬਕ ਇਹ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਭੱਜਣ ਲਈ ਕਿਲੇ ਤੋਂ ਇਹਨਾਂ ਨੇ ਰੱਸਾ ਲੰਬਾ ਕੀਤਾ। ਇਹਦੇ ਸਾਥੀ ਤਾਂ ਉੱਤਰ ਗਏ। ਕਹਿੰਦੇ ਇਹ ਬੜਾ ਭਾਰਾ ਸੀ, ਜਦੋਂ ਇਹਦੀ ਵਾਰੀ ਆਈ ਰੱਸੇ ਤੋਂ ਉੱਤਰ ਲੱਗਾ, ਜਿਵੇਂ ਥੱਲੇ ਆ ਰਿਹਾ ਸੀ ਤੇ ਰੱਸੇ ਦਾ ਮੋਸ਼ਾ ਪੈ ਗਿਆ, ਰੱਸੇ ਨੇ ਭਾਰ ਨਹੀਂ ਝੱਲਿਆ। ਜਿੱਦਾਂ ਰੱਸੇ ਦਾ ਮੋਸ਼ਾ ਪਿਆ ਜੇ ਉਦਾਂ ਹੀ ਡਿੱਗਦੇ ਸਾਹਿਬ ਲੱਤ ਦਾ ਮੋਸ਼ਾ ਪੈ ਗਿਆ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮਾ, ਵਿਯੋਗ ਗੁਰੂ ਤੋਂ ਬੇਮੁੱਖ ਹੁੰਦਿਆਂ ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ, ਦੁੱਖੀ ਪ੍ਰਾਪਤ ਹੋਣਗੇ। ਇਹ ਦੁਲੀ ਚੰਦ ਕੌਣ ਸੀ ਜਿਹੜਾ ਤਵੱਜੋ ਦਿਓ? ਦੁਲੀ ਚੰਦ ਮਜੀਠੀਆ, ਅੱਜ ਵੀ ਮਜੀਠੀਆ ਵਾਲੇ ਜੋ ਪੰਜਾਬ ਦਾ ਕਰ ਹੈ ਕਿਸੇ ਤੋਂ ਲੁਕੀ ਛੁਪੀ ਗੱਲ ਨਹੀਂ। ਇਹ ਦੁਲੀ ਚੰਦ ਮਜੀਠੀਆ ਕੌਣ ਸੀ ਜਿਹੜਾ ਧਿਆਨ ਦਿਓ, ਤਵੱਜੋ ਦਿਓ। ਕਹਿੰਦੇ ਖਾਣ ਪੀਣ ਦਾ ਇੰਨਾ ਸ਼ੌਕੀਨ ਸੀ, ਜੋ ਕੁਝ ਮਿਲਦਾ ਸਭ ਕੁਝ ਖਾ ਜਾਂਦਾ। ਪੀਪਾ ਦੁੱਧ ਦਾ ਕਿਤੇ ਹੱਥ ਆ ਜਾਏ ਕੋਈ ਡੀਗ ਦੇ ਨਾਲ ਚੜਾ ਜਾਂਦਾ। ਲੋਭੇ ਵੇਲੇ ਦੀ ਜਦੋਂ ਸਰਮਾਈ ਬਣਦੀ ਹੈ ਮੱਟਾਂ ਦੇ ਮੱਟ ਖਪਾ ਜਾਂਦਾ, ਲੰਗਰ ਵੱਲ ਨੂੰ ਜਦੋਂ ਇਹ ਪਾਏ ਜਾਂਦੇ ਇਹਨੂੰ ਵੇਖ ਕੇ ਲੰਗਰ ਘਬਰਾ ਜਾਂਦਾ। ਖਾਣ ਪੀਣ ਦਾ ਇੰਨਾ ਸ਼ੌਕੀਨ ਸੀ, ਲੰਗਰ ਵੀ ਦੇਖ ਕੇ ਹੱਥ ਖੜੇ ਕਰ ਜਾਂਦਾ ਸੀ। ਅੱਜ ਪੱਖ ਦੀ ਵਾਰੀ ਆਈ ਤੇ ਮੈਦਾਨ ਛੱਡ ਕੇ ਭੱਜਣ ਲਈ ਤਿਆਰ ਹੋ ਗਿਆ। ਰੱਸਾ ਟੁੱਟਿਆ, ਲੱਤ ਟੁੱਟ ਗਈ, ਹੁਣ ਭਾਰਾ ਵਾਲਾ ਸੀ, ਕੋਈ ਚੱਕਣ ਲਈ ਤਿਆਰ ਨਾ। ਸਾਥੀਆਂ ਦੀਆਂ ਮਿਹਨਤਾਂ ਕੀਤੀਆਂ, ਮਿਹਨਤ ਤਾਲਾ ਕੀਤਾ, ਸਾਥੀ ਚੱਕ ਕੇ ਨਾਲ ਲੈ ਗਏ। ਇੱਧਰ ਅਗਲੇ ਦਿਨ ਦਾ ਦੀਵਾਨ ਸਜਿਆ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਗੁਰਮਤਿ ਉਚਾਰਾਂ ਦੀ ਸਾਂਝ ਪਾਈ ਗਈ ਤੇ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸਿੰਘਾਂ ਨੇ ਅਰਦਾਸ ਬੇਨਤੀ ਕੀਤੀ। ਕਹਿੰਦੇ ਜੀ ਦੁਨੀਪ ਚੰਦ ਮਸੰਦ ਰਾਤ ਦਾ ਹਰਨ ਹੋ ਗਿਆ, ਭੱਜ ਗਿਆ ਸਾਥੀ ਲੈ ਕੇ। ਸਿਦਕ ਹਾਰ ਕੇ ਮਸੰਦ ਜਦੋਂ ਤੁਰ ਗਿਆ, ਕਹਿੰਦੇ ਛੱਡ ਕੇ ਭੱਜ ਗਿਆ। ਸਿਦਕ ਦੀ ਰਿਆ ਗੁਰੂ ਤੇ ਦਸਵੇਂ ਪਾਤਸ਼ਾਹ ਕਹਿਣ ਲੱਗੇ, ਸਾਨੂੰ ਪਤਾ ਸੀ ਘੱਟ ਘੱਟ ਕੇ ਅੰਦਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਕਹਿੰਦੇ ਭੱਜ ਗਿਆ, ਬੇਕ ਅਮਰਤੀਆ ਸੀ, ਹੁਣ ਅਸੀਂ ਆਪਣਾ ਅੰਮ੍ਰਿਤਧਾਰੀ ਤਿਆਰ ਪ੍ਰਤਿਆਰ ਸਿੰਘ ਤਿਆਰ ਕਰਾਂਗੇ। ਇਹ ਅੰਮ੍ਰਿਤ ਜਿਹੜਾ ਖਾਲਸੇ ਦਾ ਜੰਗ ਦਿਹਾੜਾ, ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਹੈ, ਇਹ ਅੰਮ੍ਰਿਤ ਕਿੱਥੋਂ ਆਇਆ, ਇਸ ਅੰਮ੍ਰਿਤ ਨੇ ਕੀ ਯੋਗ ਦਿਖਾਈ? ਜਿਹੜਾ ਤਵੱਜੋ ਦਿਓ ਗੁਰੂ ਕੇ ਪਿਆਰ ਵਾਲਿਓ, ਅੰਮ੍ਰਿਤ ਅਕਾਲ ਪਰਮਾਤਮਾ ਦੇ ਪਾਸੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਲੈ ਕੇ ਆਏ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਵੇ ਹੋਈ, ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆਂ ਤੇ ਲੈ ਕੇ ਆਏ। ਕਿੱਥੋਂ ਚੱਲਿਆ, ਕਿੱਥੇ ਗਿਆ? ਇਸ ਅੰਮ੍ਰਿਤ ਨੇ ਸਮੇਤ ਪਰਬਤ ਦੀਆਂ ਸਿਖਰਾਂ ਨੂੰ ਛੂਹ ਕੇ, ਅਕਾਲ ਪੁਰਖ ਪਰਮਾਤਮਾ ਕੋਲੋਂ ਆਇਆ, ਸਮੇਤ ਪਰਬਤ ਦੀਆਂ ਸਿਖਰਾਂ ਨੂੰ ਛੂਹ ਕੇ ਕਸ਼ਮੀਰ ਦੀਆਂ ਝੀਲਾਂ ਤੇ ਸੰਗਲਾ ਡੀਲ ਦੇ ਟਾਪੂ ਗਾਹ ਕੇ, ਕਹਿੰਦੇ ਮੱਕਾ ਮਦੀਨਾ ਦੀ ਧਰਤੀ ਨੂੰ ਸਭ ਸਬਜ਼ ਖਾਕ ਕਰਕੇ, ਮੁਲਤਾਨ ਦੀਆਂ ਗਰਮੀਆਂ ਵਿੱਚ ਠੰਡ ਵਰਤਾ ਕੇ, ਸ੍ਰੀ ਖਡੂਰ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ, ਸ੍ਰੀ ਕੀਰਤਪੁਰ ਸਾਹਿਬ, ਬਾਬਾ ਬਕਾਲਾ ਸਾਹਿਬ ਦੀ ਧਰਤੀ, ਆਹ ਪਟਨਾ ਸਾਹਿਬ ਦੀ ਧਰਤੀ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੱਕ, ਸ੍ਰੀ ਕੇਸਗੜ੍ਹ ਤੇ ਗੁਰਾਂ ਦੀ ਬਾਣੀ ਤੇ ਸਤਲੁਜ ਦਾ ਪਾਣੀ ਖੱਡੇ ਬਾਟੇ ਦੀ ਯੁਕਤੀ ਦੇ ਨਾਲ ਇਹ ਅਭਿਆਸ ਦਾ ਕੁੰਡ ਚਸ਼ਮੇ ਬਣ ਕੇ ਫੁੱਟਿਆ, ਚਸ਼ਮੇ ਬਣ ਕੇ ਜਿਹੜੇ ਗੱਭਰੂ ਨੇ ਪੀ ਲਿਆ ਪੰਜ ਘੁੱਟ, ਉਹਨੂੰ ਹਵਾ ਅਡਾ ਨਹੀਂ ਸਕੀ, ਧਰਤੀ ਮਿਟਾ ਨਹੀਂ ਸਕੀ, ਅੱਗ ਜਲਾ ਨਹੀਂ ਸਕੀ, ਪਾਣੀ ਡੋਬ ਨਹੀਂ ਸਕਿਆ, ਬਈ ਗੋਲੀਆਂ ਸਹਿਣ ਨਹੀਂ ਸਕੀਆਂ, ਤੋਪਾਂ ਵਹਿ ਨਹੀਂ ਸਕੀਆਂ, ਇੰਜਣ ਤੜਣ ਨਹੀਂ ਸਕੇ, ਹਾਥੀ ਮਸਲ ਨਹੀਂ ਸਕੇ, ਚਟਾਨ ਵਰਗੀ ਕੌਮ ਪੈਦਾ ਕੀਤੀ ਜਿਹੜਾ ਇਹਦੇ ਨਾਲ ਟਕਰਾ ਗਿਆ, ਚੱਕਣਾ ਚੂਰ ਹੋ ਗਿਆ। ਕਹਿ ਰਹੇ ਹੋ ਸਤਨਾਮ,
ਸ੍ਰੀ ਵਾਹਿਗੁਰੂ ਇਹ ਆ ਅੰਮ੍ਰਿਤ ਦੀ ਸ਼ਕਤੀ। ਦਸਵੇਂ ਪਾਤਸ਼ਾਹ ਕਹਿਣ ਲੱਗੇ ਹੁਣ ਅਸੀਂ ਅੰਮ੍ਰਿਤ ਧਾਰੀ ਤਿਆਰ ਬਤਿਆਰ ਸਿੰਘ ਕਰਾਂਗੇ ਆਪਣਾ। ਭਾਈ ਬਚਿੰਦਰ ਸਿੰਘ ਤੇ ਨਿਗਾਹ ਗਈ, ਕਹਿੰਦੇ ਸਿੰਘ ਹਾਰ ਕੇ ਮਸਾਂਜੋ ਤੁਰ ਗਿਆ। ਮੁਖੋਂ ਕਿਹਾ ਵਿਸ਼ਮੇਸ਼ ਨੇ ਆਚਾਰ, ਸਾਡਾ ਸੂਰਮਾ ਬਚਿੰਦਰ ਸਿੰਘ ਸ਼ੇਰਮਾ ਸੂਰਮਾ ਉਹ ਸਾਡਾ ਸ਼ੇਰ ਹੈ ਬਚਿੰਦਰ ਸਿੰਘ ਸੂਰਮਾ। ਖੂਨੀ ਹਾਥੀ ਨੂੰ ਬੁਲਾਓ ਝੱਟ, ਪਾਰ ਵੈਰੀ ਢੂਲੜੇ ਦੇ ਵਾਂਗਲਾ ਅੜਾ ਲਿਓ, ਪੈਂਦੀ ਸਭਾ ਹੰਕਾਰੀਆਂ ਨੂੰ ਮਾਰ। ਭਾਈ ਬਚਿੰਦਰ ਸਿੰਘ ਦਾ ਨਾਂ ਲੈਣ ਦੀ ਦੇਰ ਸੀ, ਬਈ ਪੰਡਾ ਜਕਾਲਿਆਂ ਦੇ ਨਾਲ ਖੂਨ ਉੱਠਿਆ। ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਪਾ ਕੇ ਪੱਲਾ, ਗੜ ਵਿੱਚ ਪਾ ਕੇ ਪੱਲਾ, ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਲੱਗਾ। ਕਹਿਣ ਲੱਗਾ ਸੱਚੇ ਪਾਤਸ਼ਾਹ ਇੱਕ ਹਾਥੀ ਕੀ ਭਵੇ ਦੁਨੀਆਂ ਦੇ ਸਾਰੇ ਹਾਥੀ ਇਕੱਠੇ ਕਰਕੇ ਲਿਆਉਣ, ਵਿਸ਼ਵਾਸ ਹੈ ਹਿਟਲਰ ਨੂੰ ਕਿਸੇ ਨੇ ਸਵਾਲ ਕੀਤਾ ਸੀ, ਹਿਟਲਰ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਤੇਰੇ ਵਿੱਚ ਕਿਹੜੀ ਤਾਕਤ ਆ ਸਾਰੀ ਦੁਨੀਆਂ ਦਾ ਲੱਡ ਨੂੰ ਤਿਆਰ ਰਹਿੰਦਾ। ਉਹਦੇ ਜਵਾਬ ਦਿੱਤਾ ਸੀ ਕਿ ਮੈਂ ਸੂਰਮੇ, ਮੈਂ ਫੌਜ ਤਿਆਰ ਕੀਤੀ ਹੈ, ਪਰ ਦਸਵੇਂ ਪਾਤਸ਼ਾਹ ਨੇ ਤੇ ਹੱਕ ਤੇ ਸੱਚ ਲਈ ਲੜ ਮੰਗ ਲਈ, ਕੌਮ ਵੀ ਤਿਆਰ ਕਰ ਦਿੱਤੀ। ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਇਹ ਭਾਈ ਬਚਿੰਦਰ ਸਿੰਘ ਕੌਣ ਨੇ? ਭਾਈ ਮਨੀ ਸਿੰਘ ਦੇ ਲੱਕ ਤੇ ਜਿਗਰ, ਜਿਨ੍ਹਾਂ ਨੇ 90 ਸਾਲ ਦੀ ਉਮਰ ਵਿੱਚ ਬੰਦ ਬੰਦ ਕਟਾ ਕੇ ਸਿੱਧ ਕਰ ਦਿੱਤਾ, ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਭਾਈ ਮਨੀ ਸਿੰਘ ਜੀ ਲੱਖੀ ਸ਼ਾਹ ਵਣਜਾਰਾ ਦੀ ਬੇਟੀ ਸੀਤੋ ਬਾਈ ਦੇ ਨਾਲ ਵਿਆਹੇ ਹੋਏ ਨੇ। ਲੱਖੀ ਸ਼ਾਹ ਵਣਜਾਰਾ ਜਿਨ੍ਹਾਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਧਰਮਾ ਸੰਸਕਾਰ ਕੀਤਾ ਸੀ, ਆਪਣੇ ਘਰ ਨੂੰ ਅੱਗ ਲਗਾ ਕੇ ਉਹਨਾਂ ਦੀ ਬੇਟੀ ਸੀਤੋ ਬਾਈ ਦੇ ਨਾਲ ਭਾਈ ਮਨੀ ਸਿੰਘ ਵਿਆਹੇ ਹੋਏ ਨੇ। ਇਹਨਾਂ ਦੇ ਗ੍ਰਹਿ ਵਿਖੇ 10 ਪੁੱਤਰਾਂ ਨੇ ਜਨਮ ਲਿਆ ਤੇ ਭਾਈ ਬਚਿੰਦਰ ਸਿੰਘ ਸਭ ਤੋਂ ਵੱਡੇ ਨੇ ਤੇ ਭਾਈ ਦੇਸਾ ਸਿੰਘ ਜੀ ਸਭ ਤੋਂ ਛੋਟੇ ਨੇ, ਜਿਨ੍ਹਾਂ ਨੇ ਸਿੱਖ ਕੌਮ ਦਾ ਰਹਿਤਨਾਮਾ ਲਿਖਿਆ। ਬਹੁਤ ਵੱਡੇ ਵਿਦਵਾਨ ਹੋਏ ਨੇ ਇਸ ਪਰਿਵਾਰ ਦੇ ਜੀ ਤੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ। ਭਾਈ ਬਚਿੰਦਰ ਸਿੰਘ ਦਾ ਨਾਂ ਅਲੋਕਮੈਂਟ ਹੋਇਆ, ਜਕਾਰਿਆਂ ਦੇ ਨਾਲ ਪੰਡਾਲ ਗੂੰਜ ਉੱਠਿਆ, ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਪਾ ਕੇ ਗੜ ਵਿੱਚ ਫੱਲਾ। ਭਾਈ ਬਚਿੰਦਰ ਸਿੰਘ ਜਿਵੇਂ ਵੀ ਨੇ ਕਰਿਆ ਹਾਥੀ ਨਾਲ ਲੜ ਦੀ ਢਾਡੀ ਜਹਾਂ ਐਂ ਵਕਤ ਕਰਿਆ ਹੈ ਬਈ। Thank you.
ਘੜੀ ਔਖੀ ਹੋਣਾ ਚਾਹੀਦਾ।
ਉਹ ਵੀ ਚੰਗਾ ਜੀ ਆਲੇਰੀ ਕੋਈ ਮੁਹਾਰਾ ਹੋਣਾ ਚਾਹੀਦਾ ਸਾਹਿਬ ਤੇ ਦਸਾਏ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਗੁਰਦਿੱਤ ਸਿੰਘ ਬੜਾ ਮਾਣ ਸਤਿਕਾਰ ਕੀਤਾ ਹੈ ਤੇ ਅਚੇਚੇ ਤੌਰ ਤੇ ਮੈਂ ਧੰਨਵਾਦੀ ਹਾਂ ਗੁਰੂ ਘਰ ਦੇ ਸਾਬਕਾ ਵਜ਼ੀਰ ਸਾਹਿਬ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਅਤੇ ਭਾਈ ਹੀਰਾ ਸਿੰਘ ਉਹਨਾਂ ਦੇ ਪਰਿਵਾਰ ਨੂੰ ਬਹੁਤ ਮਾਣ ਸਤਿਕਾਰ ਬਖਸ਼ਿਆ ਸਿੱਖ ਸੰਗਤਾਂ ਨੇ ਕਿਉਂਕਿ ਮੈਂ ਧੰਨਵਾਦ ਪਹਿਲੋਂ ਕਰਨਾ ਤਾਂ ਚਾਹਿਆ ਅੱਗੇ ਵਾਰ ਹੈ ਅੱਗੇ ਜੰਗ ਸ਼ੁਰੂ ਹੋਣ ਵਾਲਾ ਹੈ ਫਿਰ ਕਿਤੇ ਸਮਾਂ ਘੱਟ ਹੋਵੇ ਕਿਤੇ ਧੰਨਵਾਦ ਕਰਨਾ ਰਹਿ ਨਾ ਜਾਵੇ ਮੈਂ ਸਾਰੀਆਂ ਸਿੱਖ ਸੰਗਤਾਂ ਦਾ ਬਜ਼ੁਰਗਾਂ ਦਾ ਮਾਤਾਵਾਂ ਦਾ ਭੈਣਾਂ ਦਾ ਵੀਰਾਂ ਦਾ ਬੱਚੇ ਬੱਚੀਆਂ ਦਾ ਗੁਰੂ ਘਰ ਦੇ ਵਜ਼ੀਰਾਂ ਦਾ ਅਤੇ ਖਾਸ ਕਰਕੇ ਗੁਰੂ ਘਰ ਦੇ
ਸਾਬਕਾ ਵਜ਼ੀਰ ਭਾਈ ਸਾਹਿਬ ਭਾਈ ਬਚਤ ਸਿੰਘ ਹੁਣਾਂ ਦਾ, ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹਾਂ। ਵਾਹਿਗੁਰੂ ਚੜ੍ਹਦੀ ਕਲਾ ਦੀ ਬਖਸ਼ੀ ਕਰੇ, ਇਸੇ ਤਰ੍ਹਾਂ ਤਰ੍ਹਾਂ ਹੀ ਤੁਸੀਂ ਇਹ ਦਿਨ ਮਨਾਉਂਦੇ ਰਹੋ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਮਿਲਦੀ ਰਹੇ। ਆਓ ਚੱਲੀਏ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਭਾਈ ਸਾਹਿਬ ਭਾਈ ਬਚਿੱਤ ਸਿੰਘ ਨੇ, ਕਹਿੰਦਾ ਜੀ ਇੱਕ ਹਾਥੀ ਕੀ ਭਾਵੇਂ ਦੁਨੀਆਂ ਦੇ ਹਾਥੀ ਇਕੱਠੇ ਕਰਕੇ ਲੈ ਆਉਣ, ਪਰ ਇੱਕ ਵਾਰੀ ਥਾਪੜਾ ਦੇ ਦਿਓ। ਕਹਿੰਦੇ ਜਦੋਂ ਵਕਤ ਅਨੁਸਾਰ ਤੇ ਆਉਣ ਪੈਂਦਾ, ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ, ਬੁਰੇ ਭਲੇ ਦੀ ਕੋਈ ਨੀ ਪਰਖ ਕਰਦਾ, ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ, ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆਰ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਤੋਂ ਜੰਮ ਜਾਂਦੇ, ਉਹ ਮਰਨਾ ਜਾਂਦਿਆ ਜਿਨ੍ਹਾਂ ਦੇ ਸਾਈਂ ਲੋਕਾਂ ਲਾਹਾ ਇਸ ਜਹਾਨ ਤੋਂ ਖੱਟ ਜਾਂਦੇ, ਲਾਹਾ ਇਸ ਜਹਾਨ ਤੋਂ ਖੱਟ ਜਾਂਦੇ। ਭਾਈ ਬਚਿੱਤ ਸਿੰਘ ਦਾ ਨਾਂ ਲੈਣ ਦੀ ਦੇਰ ਸੀ, ਬਈ ਜੰਕਾਰਿਆਂ ਜੰਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ, ਹਰ ਪਾਸਿਓਂ ਭਾਈ ਬਚਿੱਤ ਸਿੰਘ ਨੂੰ ਵਧਾਈਆਂ ਮਿਲਣ ਲੱਗੀਆਂ ਕਿ ਤੇਰਾ ਲੋਕ ਤੇ ਪ੍ਰਲੋਕ ਸਹੇਲਾ ਹੋ ਜਾਵੇਗਾ। ਆਹ ਹੁਣ ਦੂਰੇ ਪਾਸੇ ਬੇਈਮਾਨ ਪਹਾੜੀ ਰਾਜੇ ਮਾਈ ਧਾਰ ਮਿੱਥੇ ਸਮੇਂ ਮੁਤਾਬਕ ਇਹਨਾਂ ਨੇ ਕੇਸ ਦੀ ਚੰਦ ਦੀ ਕਮਾਂਡ ਹੇਠ ਇੱਕ ਹਾਥੀ ਨੂੰ ਪੜਾਈ ਸ਼ਰਾਬ, ਉਹਦੇ ਮੱਥੇ 'ਤੇ ਫਲਾਦੀ ਤਵੇ ਬੀੜੇ, ਉਹਦੀ ਸੁੰਡ ਦੇ ਨਾਲ ਤੇਜ਼ ਤਲਵਾਰਾਂ ਅਤੇ ਕਟਾਰਾਂ ਬੰਨੀਆਂ, ਉਹਦੇ ਉੱਤੇ ਮਹਾਂਤ ਬਹਾਲਿਆ ਅਤੇ ਕਮਾਂਡਿਆ ਕੇਸ ਦੀ ਚੰਦ ਸਵਾਲ ਦੀ। ਜੈ ਦੇਵਾ ਜੈ ਦੇਵਾ ਜੈ ਦੇਵਾ ਦੇ ਨਾਰੇ ਲਾਉਂਦਿਆਂ ਇਹਨਾਂ ਨੇ ਆ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਇਹ ਉਹ ਬੇਈਮਾਨ ਨੇ ਜਿਹਨਾਂ ਦੀ ਖਾਤਰ, ਜਿਹਨਾਂ ਨੂੰ ਮੀਰੀ ਪੀਰੀ ਦੇ ਮਾਲਕ ਨੇ ਗਵਾਲੀਅਰ ਦੀ ਕੈਦ 'ਚੋਂ ਰਿਹਾਅ ਕਰਾਇਆ ਸੀ, ਅਤੇ ਉਹਨਾਂ ਪਰ ਉਪਕਾਰਾਂ ਦਾ ਅੱਜ ਮੁੱਲ ਮੋੜ ਰਿਹਾ ਨੇ। ਕਹਿੰਦੇ ਬੇਈਮਾਨੀ ਜਹਾਨ 'ਤੇ ਯੋਧ ਪਾ ਕੇ ਯਾਰ ਯਾਰਾਂ ਨਾਲ ਲਗੇ ਕਮਾ ਜਾਂਦੇ, ਉੱਤੋਂ ਮਿੱਠੀਆਂ ਮਿੱਠੀਆਂ ਕੰਧ ਗੱਲਾਂ ਅੰਦਰੋਂ ਗੁੱਝੀਆਂ ਨਸਤਰਾਂ ਲਾ ਜਾਂਦੇ, ਪਹਿਲੋਂ ਪੱਗ ਵਟਾਉਂਦੇ ਬੈਠ ਕੋਲੇ ਭੀੜ ਬੜੀ ਅਤੇ ਕੰਧ ਉਖਾ ਜਾਂਦੇ। ਸਾਈ ਲੋਕਾਂ ਜੇ ਰੱਬ ਨਾ ਰਵੇ ਲੋਕੇ, ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ, ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ, ਉਹਨਾਂ ਪਰ ਉਪਕਾਰਾਂ ਦਾ ਮੁੱਲ ਮੋੜ ਰਹੇ ਨੇ। ਮੈਂ ਧੰਨਵਾਦੀ ਹਾਂ ਗੁਰੂ ਕੀਆਂ ਲਾਡਲੀਆਂ ਫੌਜਾਂ ਦਾ ਵੀ ਭੁੱਲ ਗਿਆ, ਵਾਹਿਗੁਰੂ ਇਹਨਾਂ ਨੂੰ ਵੀ ਚੜ੍ਹਦੀ ਕਲਾ ਦੀ ਬਖਸ਼ੀ ਕਰੇ ਜੀ। ਆਓ ਬੇਨਤੀ ਕਰ ਰਿਹਾ ਸੀ ਕਿ ਇਹ ਬਾਈ ਤਾਲ ਬੇਈਮਾਨ ਪਹਾੜੀਏ ਚੜ੍ਹ ਕੇ ਆ ਗਏ ਨੇ, ਹੁਣ ਦੂਸਰੇ ਪਾਸੇ ਉਹ ਕੋਨਿਆ ਜਿਨ੍ਹਾਂ ਦੀ ਜ਼ਿੰਦਗੀ ਮੌਤ ਤੋਂ ਬਾਅਦ ਸ਼ੁਰੂ ਹੁੰਦੀ ਹੈ, ਤੇ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਪੱਲਾ ਪਾ ਕੇ ਸਿੰਘਾਂ ਨੇ ਬੇਨਤੀ ਕੀਤੀ ਕਿ ਸੱਜੇ ਪਾਤਸ਼ਾਹ ਵੈਰੀ ਚੜ੍ਹ ਕੇ ਆ ਗਿਆ ਹੈ, ਤੇ ਹੁਣ ਮੈਂ ਬੇਨਤੀ ਕਰਾਂ। ਕਹਿੰਦੇ ਜਿਹੜਾ ਤੇ ਇੱਥੇ ਸਿਰ ਆ ਕੇ ਸ਼ਰਧਾ ਭਾਵਨਾ ਦੇ ਨਾਲ ਝੁਕਿਆ, ਜਿਹੜਾ ਸੀਸ ਆ ਕੇ ਗੁਰੂ ਦੇ ਦਰ ਤੇ ਝੁਕਿਆ, ਉਹ ਸਿਰ ਰਹਿੰਦੀ ਦੁਨੀਆਂ ਤੱਕ ਅਮਰ ਹੋ ਗਿਆ, ਤੇ ਜਿਹਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ, ਯਾਦ ਰੱਖਿਓ ਮੱਥਾ ਦੁਨੀਆਂ 'ਚੋਂ ਭਾਲਿਆ ਨਹੀਂ ਲੱਭਿਆ, ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਤੇ ਮੈਂ ਹੁਣ ਇੱਕ ਤੁਹਾਨੂੰ ਵੀ ਬੇਨਤੀ ਕਰਾਂ ਸੰਗਤਾਂ ਨੂੰ, ਕਹਿੰਦੇ ਜਿਹੜਾ ਤੇ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਉਹਨੂੰ ਗੁਰੂ ਘਰੋਂ ਮਿਲਦੀ ਆ ਦੇਗ, ਤੇ ਜਿਹੜਾ ਚੜ੍ਹ ਕੇ ਆਇਆ ਹੈ ਹੁਣ ਤੁਸੀਂ ਦੱਸੋ ਉਹਦੇ ਕੀ ਚਾਹੀਦਾ। ਜਿਹੜਾ ਚੜ੍ਹ ਕੇ ਆਵੇ, ਜਿਹੜਾ ਤੇ ਆਇਆ ਨਿਮਾਣਾ ਹੋ ਕੇ ਭਰੇ ਖਜ਼ਾਨੇ ਸਾਹਿਬ ਦੇ ਦੀਵਾ ਹੋ ਕੇ ਲੁੱਟ, ਉਹਨੂੰ ਤੇ ਮਿਲੂਗੀ ਦੇਗ, ਸਤਿਕਾਰ ਮਿਲੂਗਾ, ਤੇ ਜਿਹੜਾ ਚੜ੍ਹ ਕੇ ਆਇਆ ਫਿਰ ਉਹਦੀ ਦੇਗ ਹੀ ਕੱਢਾਂਗੇ, ਉਹਦੀ ਦੇਗ ਹੀ ਕੱਢਾਂਗੇ। ਜਿੱਦਾਂ ਕੋਈ ਆਵੇ, ਦਸਵੇਂ ਪਾਤਸ਼ਾਹ ਕਹਿਣ ਲੱਗੇ ਜੇ ਇਹ ਆਉਂਦੇ ਪਿਆਰ ਨਾਲ ਤੇ ਇਹਨਾਂ ਨਾਲ ਬੈਠ ਕੇ ਪਿਆਰ ਨਾਲ ਗੱਲ ਕਰਦੇ, ਜੇ ਇਹ ਤੇਗ ਨਾਲ ਆਏ ਆ ਤੇ ਤੇਗ ਦੇ ਯਹੋ ਦੀ ਅੱਗੋਂ ਖੜੇ ਜਾਣਗੇ। ਕਹਿੰਦੇ ਜਦੋਂ ਅਣਖ ਨੂੰ ਮਾਰੇ ਕੋਈ ਸੱਟ ਦੁਸ਼ਮਣ, ਉਦੋਂ ਸ਼ਾਂਤੀ ਦਾ ਕਿੱਥੇ ਯਾਦ ਹੁੰਦਾ, ਉਸ ਵੇਲੇ ਕੋਈ ਜੰਮ ਦਾ ਸ਼ੇਵ ਨਲੂਗਾ, ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ, ਕੌਮਾਂ ਵਾਸਤੇ ਮਰਨ ਦਾ ਪਾਕ ਜਜ਼ਬਾ ਪੈਦਾ ਦਿਲਾਂ ਅੰਦਰ ਆਪਣੇ ਆਪ ਹੁੰਦਾ, ਜ਼ੁਲਮ ਕਰਨਾ ਹੁੰਦਾ ਪਾਪ ਜੇ ਕਰਦੇ, ਜ਼ੁਲਮ ਝੱਲਣਾ ਵੀ ਮਹਾਂ ਪਾਪ ਹੁੰਦਾ। ਕਹਿੰਦੇ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ,
ਤੇਰੇ ਦਰਬਾਰ ਵਿੱਚ ਧੂੜੀ ਲੈ ਕੇ ਜੋੜਿਆਂ ਨੂੰ ਵੱਢ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਪੰਜ ਘੁੱਟ ਪੀ ਕੇ ਤੇਰੇ ਪਾਜੋ ਸਰੂਰ ਵਾਲੇ ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ ਪਵੇ ਕਿਤੇ ਲੋੜਿਆਂ ਨਿਸ਼ਾਨਾ ਅੱਜ ਮਾਮਲੇ ਦੀ ਹੱਸ ਮੌਤ ਮੂਹਰੇ ਛਾਤੀ ਡਾਵੇ ਤੇਰਾ ਖਾਲਸਾ ਹੱਸ ਮੌਤ ਮੂਹਰੇ ਛਾਤੀ ਡਾਵੇ ਤੇਰਾ ਖਾਲਸਾ ਆਪਣੋ ਸਾਹਮਣੇ ਇੱਕ ਪਾਸੇ ਸਤਿ ਸ੍ਰੀ ਅਕਾਲ ਦੇ ਜਕਾਰੇ ਤੇ ਇੱਕ ਪਾਸੇ ਜੈ ਦੇਵਾ ਦੇ ਨਾਰੇ ਦਸਵੇਂ ਪਾਤਸ਼ਾਹ ਤੋਂ ਲੈ ਕੇ ਸਿੰਘਾਂ ਨੇ ਆ ਗਿਆ ਪ੍ਰਥਮ ਸੁਖੌਤੀ ਤੋਂ ਲੈ ਕੇ ਸਰਬੱਤ ਦੇ ਭਲੇ ਤੱਕ ਸੋਧਿਆ ਅਰਦਾਸਾ ਤੇ ਛੱਡੇ ਜਕਾਰੇ ਕਹਿੰਦੇ ਜਿਸ ਢੰਗ ਦੇ ਨਾਲ ਵੈਰੀ ਚੜ੍ਹ ਕੇ ਆਇਆ ਸੀ ਉਸੇ ਢੰਗ ਨਾਲ ਹੀ ਜਵਾਬ ਦੇਣ ਲਈ ਗੁਰੂ ਦਾ ਖਾਲਸਾ ਪੰਥ ਖਾਲਸਾ ਅੱਗਿਓ ਆਇਆ ਆ ਜਵਾਨ ਮੈਦਾਨ ਲੱਥੇ ਲੱਥੇ ਕਿਰਪਾਨ ਕਮਾਨ ਸੰਭਾਲ ਖਲੋਤੇ ਬਾਜ ਭਰਾ ਉੱਡ ਪਹੁੰਚੇ ਨਿਸ਼ਾਨੇ ਤੇ ਤੀਰਾਂ ਨੇ ਮੂੰਹ ਰੱਖ ਅੰਦਰ ਧੋਤੇ ਆਓ ਮਾਰ ਕੇ ਧੋਸਿਆਂ ਤੇ ਚੋਟਾਂ ਬਈ ਸੂਰਮਿਆਂ ਨੇ ਇੱਕ ਦੂਜੇ ਉੱਤੇ ਵਾਰ ਕਰ ਦਿੱਤਾ ਕਹਿੰਦੇ ਲੋਹੇ ਤੇ ਲੋਹਾ ਖੜਕ ਰਿਹਾ ਹੈ ਤੇ ਸੂਰਮਿਆਂ ਦੇ ਘੋੜੇ ਅੱਗੇ ਵੱਧ ਵੱਧਦੇ ਲਾਸ਼ਾਂ ਨੂੰ ਮਿਲ ਮਿਲ ਕੇ ਅੱਗੇ ਵੱਧ ਰਹੇ ਨੇ ਆ ਜਿਹੜਾ ਤੱਕਿਓ ਜੰਗ ਦਾ ਸੀਨ ਮਦਾਨੇ ਜੰਗ ਦਾ ਸੀਨ ਆ ਰੱਖਿਓ ਦਿਲਾਂ ਤੇ ਹੱਥ ਦਿਓ ਤਵੱਜੋ ਕਹਿੰਦੇ ਤਗੜ ਤਗੜ ਘੋੜੇ ਭੱਜਦੇ ਮੈਦਾਨ ਵਿੱਚ ਬਈ ਤੜਕ ਤੜਕ ਤੜ ਤੜ ਤੋਂ ਪਚਲੀਆਂ ਓਏ ਪਟਕ ਪਟਕ ਪੈਂਦੇ ਸੂਰਮੇ ਜ਼ਮੀਨ ਉੱਤੇ ਕਹਿੰਦੇ ਖੜਕ ਖੜਕ ਤੇ ਘਟਾਲਾਂ ਉੱਤੇ ਖੱਲੀਆਂ ਓਏ ਝਟਕ ਝਟਕ ਝਟਕਾਏ ਦਲ ਵੈਰੀਆਂ ਦੇ ਕਹਿੰਦੇ ਅਟਕ ਅਟਕ ਜਾਣ ਲਵਾਂ ਉੱਤੇ ਹੱਲੀਆਂ ਓਏ ਫੜਕ ਫੜਕ ਪਰ ਪ੍ਰਾਣ ਪੰਛੀ ਉੱਡ ਚੱਲੇ ਬਈ ਤੜਕ ਤੜਕ ਛੱਤੀਆਂ ਨੇ ਫਟ ਚੱਲੀਆਂ ਕਹਿੰਦੇ ਧੜ ਧੜ ਤੋਂ ਭਗੋੜੀ ਚੱਲਦੀ ਹੈ ਗੜ ਗੜ ਅੜ ਅੜ ਆਹੋ ਸਾਹਮਣੇ ਉਹ ਸੂਰੇ ਦੀ ਲੜ 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 ਸਿੰਘਾ ਮੇਰੀ ਮਾਰੇ ਹੱਥੀ ਫੜ 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 ਕਾਲੀ ਕਰੇ ਤੀਰ ਲੱਗੇ ਧੜ 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 ਫੁੱਕਣ ਧਮਾਜੀ ਜੋ ਦੇ ਖੜ ਖੜ ਝੜ ਝੜ ਤੇ ਕਜੋ ਗਰ ਪੈਣ ਸੜ ਸੜ ਬਈ ਸੜ ਸੜ ਤੇਲਿਆਂ ਦੇ ਸਿੰਨੇ ਪੁੱਜੇ ਧੜ ਧੜ ਜੜ ਜੜ ਜੁਦਾ ਕਿਤੇ ਸਿਰ ਸਿਰ ਧੜ ਧੜ ਜੰਗ ਵਿੱਚ ਯੋਧਿਆਂ ਦੇ ਤੀਰ ਜਿੱਦਾਂ ਚੱਲਦੇ ਸੀ ਆਪੋ ਵਿੱਚ ਕਹਿਣ ਤੇ ਆਵਾਜ਼ ਆ ਕੇ ਕਾੜ ਕਾੜ ਕਿਸੇ ਦੇ ਹੱਥ ਵਿੱਚ ਫੜਿਆ ਤੋਂ ਧਾਰਾ ਖੰਡਾ ਕੋਈ ਛੱਡੀ ਦਾ ਕਮਾਲ ਉੱਤੇ ਚਾੜ ਚਾੜ ਉਹ ਗੋਲੀਆਂ ਦੇ ਧੂਏ ਵਿੱਚ ਸੂਰ ਦੀ ਅਲੋਪ ਹੋਇਆ ਧੁੱਪ ਦੀ ਗੜਕ ਪਵੇ ਕੰਨਾਂ ਵਿੱਚ ਗਾੜ ਗਾੜ ਕਿਤੇ ਕੋਈ ਲਲਕਾਰ ਕੋਈ ਕਿਸੇ ਉੱਤੇ ਵਾਰ ਕਰੇ ਡੱਕਦੇ ਜ਼ਮੀਨ ਉੱਤੇ ਸੂਰਮੇ ਨੇ ਧਾੜ ਧਾੜ ਸੱਚੀ ਮੁੱਚੀ ਲੰਘਦੀ ਹੈ ਜਾਲਮਾਂ ਦੇ ਸੀਧਿਆਂ ਨੂੰ ਚੱਟ ਚੱਟ ਤੀਰ ਚੱਲੇ ਤਲਵਾਰਾਂ ਲਿਸ਼ਕੀਆਂ ਤੋਪਾਂ ਦੰਦਲਾਈਆਂ ਢਾਲਾਂ ਤੇ ਖੜਕੇ ਖੰਡੇ ਲਹੂ ਦੀਆਂ ਵਗੀਆਂ ਨਲੀਆਂ ਬਈ ਦਸਵੇਂ ਪਾਤਸ਼ਾਹ ਦਾ ਸਿੰਘ ਭਾਈ ਬਚਤ ਸਿੰਘ ਲੈ ਕੇ ਗੁਰੂ ਤੋਂ ਆ ਗਿਆ ਮਾਰ ਕੇ ਪਲਾਕੀ ਹੋਇਆ ਘੋੜੇ ਤੇ ਸਵਾਰ ਖੁੱਲਿਆ ਕਿਲੇ ਦਾ ਬਾਰ ਉਹਨੇ ਲਾਈ ਘੋੜੇ ਨੂੰ ਵੱਡੀ ਘੋੜੇ ਵੱਟੀਆਂ ਛੂਟਾਂ ਸਿੰਘ ਨੇ ਪਾ ਕੇ ਰਕਾਬਾਂ ਤੇ ਭਾਰ ਕੀਤਾ ਨਾਗਰੀ ਦਾ ਭਰਮਾ ਵਾਹ ਤੋਂ ਪਾਗਲ ਕਗੀ ਪਾ ਸਤਿਗੁਰੂ ਮੇਰਿਆ ਕਲਗੀ ਬਾਲਿਆ
Thank you.
ਧਰਤੇ ਤੇ ਭੜਕਦੇ ਅਸਮਾਨੀ ਬਦਲ ਵਿਲੀਆਂ ਸਨ, ਗੜਕਦੇ ਤੇ ਗੜਕਦੇ ਕੇ ਜ਼ਖਮੀ ਵਿੱਚ ਮੈਦਾਨ ਦੇ ਉਹ ਤੜਕਦੇ ਤੇ ਭੜਕਦੇ। ਅੱਜ ਗਦਰ ਸ਼ੇਰਾਂ ਸਾਹਮਣੇ ਨਾ ਕੜਕਦੇ ਨਾ ਭੜਕਦੇ ਕਹਿੰਦੇ ਕਾੜ ਕਾੜ ਕੁੱਕਦੀ ਤੇ ਸਾੜ ਸਾੜ ਸੁੱਕਦੀ ਉਹ ਧਾਰ ਧਾਰ ਸੁੱਟਦੀ ਬਲੂਜੀ ਜਦੋਂ ਚੱਲਦੀ ਤੇ ਕਾੜ ਕਾੜ ਗੱਜਦੀ ਤੇ ਸ਼ਾਦੀਆਂ ਤੋਂ ਵੱਜਦੀ ਵਜੂਦ ਜਦੋਂ ਤੱਜਦੀ ਆਸਣ ਥੱਲੇ ਮਾਲਦੀ ਤੀਰ ਤੋਲੇ ਛੁੱਟਦੇ ਇੱਕ ਅੱਜ ਮੁੰਡੇ ਲੁੱਟਦੇ ਦਮਾਂ ਦਾ ਗਲ ਘੁੱਟ ਜੇ ਆਉਂਦੀ ਇੱਕ ਹੈਗਲੀ ਚੱਲੇ ਰਹਿ ਕਲੇ ਜ਼ਮੂਦੇ ਤੇ ਵੈਰੀ ਲੱਗੇ ਮੁੰਡੇ ਪਿੱਛੇ ਬਚਨਾਂ ਦੇ ਮੁੰਡੇ ਪੱਤ ਰੱਖੀ ਗੱਲ ਦੀ ਪੱਤ ਰੱਖੀ ਗੱਲ ਦੀ ਭਾਈ ਬਚਤਰ ਸਿੰਘ ਨੇ ਪਾ ਕੇ ਕਾਬਾ ਦੇ ਭਾਰ ਦਸਵੇਂ ਪਾਤਸ਼ਾਹ ਨੂੰ ਯਾਦ ਕਰਕੇ ਇੱਕ ਨਾਗਣੀ ਦਾ ਭਰਮਾ ਵਾਰ ਕੀਤਾ ਕਹਿੰਦੇ ਤਵੇ ਪਾੜ ਕੇ ਹਾਥੀ ਦੇ ਮੱਥੇ ਵਿੱਚ ਜਾਤ ਸੀ ਐਡਾ ਸੂਰਮਾ ਦਲੇਰ ਸੀ ਫਿਰ ਉਹਨੂੰ ਵੱਟ ਚਾੜਿਆ ਜਦੋਂ ਵੱਟ ਚਾੜ ਕੇ ਉਹ ਨਾਗਣੀ ਵਾਪਸ ਖਿੱਚੀ ਨਾ ਤੇ ਹਾਥੀ ਦੇ ਮੱਥੇ ਚੋਂ ਪਈ ਖੂਨ ਦੀ ਧਲਾੜੀ ਜਿਹੜੀ ਸ਼ਰਾਬ ਪਲਾ ਕੇ ਲਿਆਈ ਸੀ ਸ਼ਰਾਬੀ ਕਰਕੇ ਲਿਆਈ ਸੀ ਉਹ ਸਾਰੀ ਲਿੱਤ ਗਈ ਹਾਥੀ ਦੀਆਂ ਝੰਗਿਆੜਾਂ ਚੀਕਾਂ ਨਿਕਲ ਗਈਆਂ ਹਾਥੀ ਦਾ ਮੂੰਹ ਹੋ ਗਿਆ ਪਿੱਛੇ ਵੱਲ ਜਿਹੜੀ ਤਲਵਾਰ ਸੁੱਟ ਦੇ ਨਾਲ ਬੰਨ ਕੇ ਕਟਾਰਾ ਨੂੰ ਸਿੱਖਾਂ ਨੂੰ ਵਢਾਉਣ ਲਈ ਮਰਵਾਉਣ ਲਈ ਲਿਆ ਸੀ ਲਿਆਏ ਸੀ ਉਹ ਹੀ ਹਾਥੀ ਨੇ ਆਪਣੀਆਂ ਫੌਜਾਂ ਦੇ ਫੇਰਨੀ ਸ਼ੁਰੂ ਕਰ ਦਿੱਤੀ ਊਣ ਖੁੱਟੇ ਨਾਨਕਾ ਊਣ ਸੱਚ ਰਹੀ ਪਾਪੀ ਕੇ ਮਾਰਨੇ ਕੋ ਪਾਪ ਮਹਾ ਬਲੀ ਹੈ ਤੇ ਫਿਰ ਰਹਿੰਦੀ ਖੁੱਦੀ ਕਸਰ ਖਾਲਸੇ ਨੇ ਕੱਢੀ ਕਹਿੰਦੇ ਉਹ ਸਾਹਮਣੇ ਹਾਥੀ ਵੇਖਿਆ ਨਾ ਕਾਲਾ ਸੋਹਣਾ ਉਹ ਉਹਦਾ ਚੀਕਾ ਮਾਰਦਾ ਵੀ ਹੋ ਗਿਆ ਬੋੜਾ ਕਹਿੰਦੇ ਸਿੰਘ ਕਲਗੀ ਧਾਰਾ ਅਰਾਧਿਆ ਉਹਦਾ ਫੱਗਿਆ ਡੋਲਾ ਉਹਨੂੰ ਆਪਣੇ ਅੰਦਰੋਂ ਪੈ ਗਿਆ ਸ਼ੇਰਾਂ ਦਾ ਝੋਲਾ ਉਹਨੂੰ 9 ਫੁੱਟ ਮੱਥਾ ਜਾਪਿਆ ਕੱਖਾਂ ਤੋਂ ਹੋਲਾ ਉਹਦੇ ਪੈਰ ਰੱਖੇ ਉਹਦੇ ਘੋੜੇ ਛਾਲਾਂ ਮਾਰੀਆਂ ਨੱਚ ਉੱਠਿਆ ਰੋਲਾ ਉਹਨੇ ਪੈਰ ਰੱਖੇ ਨੂੰ ਸੁੱਡ ਤੇ ਅੱਜ ਰਾਖਾ ਮੋੜਾ ਜਿਵੇਂ ਫਲੀਆਂ ਨਾਲ ਦੀ ਫੰਨ ਤੇ ਚੜ ਗਿਆ ਨਿਓਲਾ ਉਹ ਜਾਂਦਾ ਪੈ ਗਿਆ ਟੁੱਟ ਕੇ ਜਿਵੇਂ ਵਾਮਰੋਲਾ ਉਹਨੇ ਸਫਲ ਕੀਤਾ ਗੁਰਾਂ ਦਾ ਖਾਧਾ ਤਰਿਹੋਲਾ ਉਹਨੇ ਸਫਲ ਕੀਤਾ ਗੁਰਾਂ ਦਾ ਖਾਧਾ ਤਰਿਹੋਲਾ ਬਈ ਸਿੱਖਾਂ ਨੇ ਦਿਲ ਖੋਲ ਕੇ ਮੈਦਾਨੇ ਜੰਗ ਵਿੱਚ ਤਲਵਾਰ ਲਾਈ ਕੇਸ ਵੀ ਚੰਦ ਨੇ ਦੇਖਿਆ ਉਹਨੂੰ ਪੈਰਾਂ ਤੋਂ ਲੈ ਕੇ ਸਿਰ ਤੇ ਅੱਗ ਲੱਗ ਗਈ ਉਹਦੇ ਜਥੇਦਾਰ ਉਹਦੇ ਸਿੰਘ ਨੇ ਤੱਕਿਆ ਉਹਨੇ ਵੀ ਦਸਵੇਂ ਜਾਮੇ ਨੂੰ ਸਿਮਰਿਆ ਕਹਿੰਦੇ ਜਦੋਂ ਕੇਸ ਦੀ ਚੰਦ ਨੇ ਤੱਕਿਆ ਉਹ ਭੁਜਾ ਸੜਿਆ ਉਹਨੂੰ ਵੀਰ ਕੁੰਦੇ ਸਿੰਘ ਤੱਕਿਆ ਉਹ ਡਾਢਾ ਚੜਿਆ ਉਹਨੇ ਦਸਵਾਂ ਜਾਮਾ ਸਿਮਰ ਕੇ ਗੁਰ ਮੰਤਰ ਪੜਿਆ ਉਹਨੇ ਤਿਰਗਾ ਝੱਟ ਅਲਾਹ ਕੇ ਗਰਦਨ ਤੇ ਚੜਿਆ ਉਹ ਹਾਥੀ ਉੱਤੋਂ ਡਿੱਗ ਕੇ ਫੁੱਲ ਵਾਂਗੂ ਚੜਿਆ ਦੱਸੋ ਕਿਹੜਾ ਦਿਲ ਬਣਾ ਮੂਹਰੇ ਸਿੰਘਾਂ ਅੜਿਆ ਦੱਸੋ ਕਿਹੜਾ ਦਿਲ ਬਣਾ ਮੂਹਰੇ ਸਿੰਘਾਂ ਅੜਿਆ ਕੇਸ ਦੀ ਚੰਦ ਦਾ ਸਿਮਰਨ ਦੀ ਦੇਰ ਸੀ ਬਸਵੇਂ ਪਹਾੜੀ ਰਾਜਿਆਂ ਨੂੰ ਪਹਾੜੀ ਫੌਜਾਂ ਨੂੰ ਭੱਜਦਿਆਂ ਰਾਹ ਨਾ ਲੱਭਤੇ ਸਿੱਖਾਂ ਨੇ ਵੀ ਦਿਲ ਖੋਲ ਕੇ ਤਲਵਾਰ ਵਾਈ ਕਹਿੰਦੇ ਜਿੱਤ ਦੇ ਖਾਲਸੇ ਦੇ ਚੰਦ ਚੁੰਮੇ ਕੇਸ ਦੀ ਨਿਸ਼ਾਨ ਸਾਹਿਬ ਝੁਲਾਇਆ ਗਿਆ ਜਿੱਤ ਦੀ ਖੁਸ਼ੀ ਵਿੱਚ ਟਿਕਾਰੇ ਛੱਡੇ ਗਏ ਤੇ ਦਸਵੇਂ ਪਾਤਸ਼ਾਹ ਨੇ ਜਦੋਂ ਆ ਕੇ ਸਿੰਘਾਂ ਨੇ ਵਧਾਈ ਦਿੱਤੀ ਨਾ ਦਸਵੇਂ ਪਾਤਸ਼ਾਹ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਤੇ ਦਸਵੇਂ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਸੀ ਉਹ ਸੁਣ ਯੋਗ ਸੀ ਗੁਰੂ ਕੇ ਪਿਆਰ ਵਾਲਿਓ ਦਸਵੇਂ ਪਾਤਸ਼ਾਹ ਕਹਿਣ ਲੱਗੇ ਕਿ ਖਾਲਸੇ ਦੀ ਜਿੱਤ ਹੋਈ ਹੈ ਖਾਲਸੇ ਨੂੰ ਵਧਾਈਆਂ ਦਿਓ ਏਦਾਂ ਹੀ ਦੀ ਕਿਰਪਾ ਤੇ ਸਜੇ ਹਮਰਿਆਂ ਦੇ ਮੌਸਮ ਗਰੀਬ ਰੋਲ ਪਰੇ ਇਹਨਾਂ ਦੀ ਕਿਰਪਾ ਦੇ ਨਾਲ ਖਾਲਸੇ ਦੀ ਕਿਰਪਾ ਦੇ ਨਾਲ ਮੈਂ ਹਾਂ ਤੇ ਅੱਜ ਕਿਤੇ ਪੰਜਾਬ ਦੀ ਧਰਤੀ ਕੇ ਭਰਤੀ ਤੇ ਕੋਈ ਪਖੰਡੀ ਬਾਬਾ ਇਹ ਗੱਲ ਕਹਿ ਕੇ ਦਿਖਾਲੇ ਹਾਂ ਲੱਭਣਾ ਕੋਈ ਇਹੋ ਜਿਹਾ ਗੁਰੂ ਮੈਂ ਦਸ਼ਮੇਸ਼ ਪਿਤਾ ਵਰਗਾ ਕੋਈ ਪਿਤਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਤੇ ਪਹਿਲਾਂ ਵੀ ਕੀਤੀ ਕਿ ਆਪਾਂ ਬਾਜਾਂ ਵਾਲੇ ਪਿਤਾ ਦੇ ਪੁੱਤਰ ਬਣਨਾ ਹੈ ਆਪਾਂ ਖੰਡੇ ਬਾਟੇ ਦੀ ਪਹੁੰਚ ਚੱਕਣੀ ਹੈ ਦਸਵੇਂ ਪਾਤਸ਼ਾਹ ਨੇ ਜਿੱਤ ਦੀ ਖੁਸ਼ੀ ਵਿੱਚ ਜਿਵੇਂ ਖਾਲਸੇ ਨੂੰ ਵਰ ਦੇ ਰਹੇ ਨੇ ਢਾਡੀ ਪ੍ਰੇਮ ਸਿੰਘ ਚਾਨੀਆਂ ਅਤੇ ਢਾਡੀ ਮੇਜਰ ਸਿੰਘ ਹੀਰਾ ਬਲਵਿੰਦਰ ਸਿੰਘ ਮਾਨਪੁਰੀ ਸ਼ਗਾਰਾ ਸਿੰਘ ਬਲ ਨਿਜਰਾ ਵਾਲੇ ਵਾਲ ਢਾਡੀ ਗਿਰਦਾ ਦਸਵੇਂ ਪਾਤਸ਼ਾਹ ਦੇ ਮੁਖਾਲ ਪਿੰਡ ਵਿੱਚੋਂ ਨਿਕਲੇ ਬਚਨ ਐਓ ਬਦੇ ਕਰ Thank you.
ਫਤਿਹ ਗੁਰ ਦਸ਼ਮੇਸ਼ ਨੇ ਬਲ ਬਖਸ਼ ਨਿਆਰੇ, ਖਾਲਸੇ ਨੂੰ ਨਿਆਰੇ ਬਲ ਬਖਸ਼ ਦਿੱਤੇ, ਅੱਧੇ ਰਹਿੰਦੀ ਦੁਨੀਆਂ ਤੱਕ ਅਮਲ ਕਰ ਦਿੱਤਾ। ਇਹ ਜੋ ਨਾਗਣੀ ਨਾਗ ਤੋਂ ਨਾਗਣੀ ਬਣੀ, ਇਹਦੇ ਵਿੱਚ ਵਾਲ ਏਦਾਂ ਨਹੀਂ ਜਿੱਦਾਂ ਸੱਪ ਵਾਲ ਖਾ ਕੇ ਤੁਰਦਾ ਹੈ। ਇਹ ਨਾਗਣੀ ਕਿਹਨੇ ਤਿਆਰ ਕੀਤੀ ਸੀ? ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਇਹ ਨਾਗਣੀ ਸਤਿਕਾਰਯੋਗ ਭਾਈ ਸਾਹਿਬ ਭਾਈ ਜੱਸਾ ਸਿੰਘ ਰਾਵਗੜੀਆ ਤਿੰਨਾਂ ਦੇ ਦਾਦਾ ਜੀ ਭਾਈ ਹਰਦਾਸ ਸਿੰਘ ਖਿੱਚੋ ਗੰਦੇ ਰਹਿਣ ਵਾਲੇ, ਜਿੱਥੇ ਦਸਵੇਂ ਪਾਤਸ਼ਾਹ ਦੀ ਫੈਕਟਰੀ ਦੇ ਇਤਿਹਾਸ ਸਿੱਖਾਂ ਲਈ ਹਥਿਆਰ ਬਣਦੇ ਸੀ, ਉਸ ਫੈਕਟਰੀ ਦੇ ਇਤਿਹਾਸ ਸੀ ਭਾਈ ਸਾਹਿਬ ਭਾਈ ਜੱਸਾ ਸਿੰਘ ਰਾਵਗੜੀਆ ਦੇ ਦਾਦਾ ਜੀ ਭਾਈ ਹਰਦਾਸ ਸਿੰਘ ਜੀ, ਤੇ ਦਸਵੇਂ ਪਾਤਸ਼ਾਹ ਦੇ ਕਹਿਣ ਤੇ ਭਾਈ ਹਰਦਾਸ ਸਿੰਘ ਜੀ ਨੇ ਇਹ ਨਾਗਣੀ ਤਿਆਰ ਕਰਾਈ ਸੀ, ਜਿਹੜੀ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮਾਰੀ ਸੀ। ਉਸ ਸਮੇਂ ਦੇ ਵਿੱਚ ਇਹਦੇ 1400 ਰੁਪਈਆ ਖਰਚ ਆਇਆ ਸੀ। ਕਹਿ ਦਿਓ ਸਤਨਾਮ, ਭੁੱਲਾ ਚੁੱਕਾ ਦੀ ਖਿਮਾ। ਇੱਕ ਦੋ ਮਿੰਟ ਲੈ ਕੇ ਸਮਾਪਤੀ ਕਰ ਦੇਣੀ ਹੈ। ਇਸ ਬੇਨਤੀ ਨੂੰ ਪ੍ਰਵਾਨ ਕਰਨਾ ਗੁਰੂ ਦਸ਼ਮੇਸ਼ ਜੀ ਨੇ ਸਿੰਘ ਹੈ ਬਣਾਇਆ ਤੇ, ਗੁਰੂ ਦਸ਼ਮੇਸ਼ ਜੀ ਨੇ ਸਿੰਘ ਹੈ ਬਣਾਇਆ, ਤੈਨੂੰ ਵੇਖੀ ਕਿਤੇ ਦਾਗ ਉਹਦੇ ਬਾਣੇ ਤਾਈ ਲਾਈ ਲਾਵੀ ਨਾ। ਪੜ ਪੰਜੇ ਬਾਣੀਆਂ ਤੂੰ ਸੂਰਮਾ ਅਜਤ ਬਣੀ, ਅੰਮ੍ਰਿਤ ਵੇਲਾ ਸੱਚ ਨਾਉ ਭੁੱਲ ਜਾਵੀ ਨਾ। ਜਾਗਤ ਹੈ ਜੋਤ ਗੁਰੂ ਗ੍ਰੰਥ ਦਾ ਪੁਜਾਰੀ ਬਣੀ, ਜਾਗਤ ਹੈ ਜੋਤ ਗੁਰੂ ਗ੍ਰੰਥ ਦਾ ਪੁਜਾਰੀ ਬਣੀ, ਪਖੰਡੀਆਂ ਦੇ ਸਾਹਮਣੇ ਜਾ ਕੇ ਸੀਸ ਨੂੰ ਝੁਕਾਵੀ ਨਾ। ਸਦਾ ਸ਼ੁਭ ਕਰਮ ਕਰਕੇ ਜੂਝ ਜਾਣਾ ਖਾਲਸਾ ਜੀ, ਕੌਮ ਦੇ ਗਦਾਰਾਂ ਨਾਲ ਸਾਂਝ ਕਦੇ ਪਾਵੀ ਨਾ। ਕੌਮ ਦੇ ਗਦਾਰਾਂ ਨਾਲ ਸਾਂਝ ਕਦੇ ਪਾਵੀ ਨਾ, ਕੌਮ ਦੇ ਗਦਾਰਾਂ ਨਾਲ ਸਾਂਝ ਕਦੇ ਪਾਵੀ ਨਾ। ਇੰਨਾ ਕੁਛ ਕਹਿੰਦੇ ਹੋਏ ਖਿਮਾ ਦੇ ਜਾਚਕਾਂ ਕੀਤੀ ਸੇਵਾ ਨੂੰ ਪ੍ਰਵਾਨ ਕਰਨਾ। ਇੱਕ ਵਾਰੀ ਫਿਰ ਟਾਉਣ ਦੀਆਂ ਸਾਰੀਆਂ ਸੰਗਤਾਂ ਦਾ, ਬਜ਼ੁਰਗਾਂ ਦਾ, ਭੈਣਾਂ ਦਾ, ਬੀਬੀਆਂ ਦਾ, ਵੀਰਾਂ ਦਾ, ਬੱਚਿਆਂ ਦਾ, ਬੱਚੀਆਂ ਦਾ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਧੰਨਵਾਦ ਹਾਂ ਗੁਰੂ ਘਰ ਦੀ ਸਾਰੀ ਕਮੇਟੀ ਦਾ, ਪ੍ਰਬੰਧਕਾਂ ਦਾ, ਬਲ ਸਾਹਿਬ ਸਕੱਤਰ ਸਾਹਿਬ ਭਾਈ ਸਾਹਿਬ ਭਾਈ ਗੁਰਦਿਰ ਸਿੰਘ ਜੀ, ਔਰ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ, ਨਿਹੰਗ ਸਿੰਘ, ਔਰ ਗੁਰੂ ਘਰ ਦੇ ਵਜ਼ੀਰ ਸਾਹਿਬ, ਸਤਿਕਾਰਯੋਗ ਸਾਹਿਬ ਕਾਲਜ ਗ੍ਰੰਥੀ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ, ਸਾਰੀਆਂ ਸੰਗਤਾਂ ਦੇ ਧੰਨਵਾਦੀ ਹਾਂ। ਜੇ ਕਿਸੇ ਦਾ ਨਾਂ ਰਹਿ ਗਿਆ ਹੋਵੇ ਤਾਂ ਵਾਹਿਗੁਰੂ ਆਪ ਜਾਣਦੇ ਨੇ। ਭੁੱਲਾ ਚੁੱਕਾਂ ਦੀ ਖਿਮਾ ਕਰਨਾ, ਇਸ ਸੇਵਾ ਸੇਵਾ ਨੂੰ ਪ੍ਰਵਾਨ ਕਰਨਾ, ਔਰ ਅਸੀਸ ਫਤਿਹ ਜਾਣੀ ਕਿ ਇਹ ਜਥਾ ਤੁਹਾਡੇ ਚਰਨਾਂ ਦੀ, ਸਿੱਖ ਸੰਗਤਾਂ ਦੇ ਚਰਨਾਂ ਦੀ, ਖਾਲਸਾ ਪੰਥ ਦੀ ਇੱਦਾਂ ਹੀ ਸੇਵਾ ਕਰਦਾ ਰਹੇ। ਇਹ ਜਥਾ ਤੁਹਾਡਾ ਆਪਣਾ ਜਥਾ ਹੈ। ਮੇਰੇ ਸੱਜੇ ਪਾਸੇ ਮੇਰਾ ਵੀ ਢਾਕੇ ਸਾਹ ਦੇ ਰਿਹਾ ਸੀ ਪ੍ਰੇਮ ਸਿੰਘ ਰਸੀਲਾ ਪਿੰਡ ਚਾਂਦੀਆਂ ਨਜ਼ਦੀਕ ਕਪੂਰਥਲ ਜ਼ਿਲ੍ਹਾ ਜਲੰਧਰ, ਔਰ ਖੱਬੇ ਪਾਸੇ ਮੇਰਾ ਵੀਰ ਢਾਂਟੇ ਸਾਹਿਬ ਦੇ ਰਿਹਾ ਮਿਰਚ ਸੰਘੀਰਾ ਪਿੰਡ ਮਹਿਲਪੁਰ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ, ਔਰ ਸੰਗੀ ਵਾਰਡ ਬਲਵਿੰਦਰ ਸਿੰਘ ਉੱਪਲ ਮਾਨਪੁਰੀ ਨਜ਼ਦੀਕ ਸ਼ਾਹਕੋਟ ਜ਼ਿਲ੍ਹਾ ਜਲੰਧਰ, ਦਾਸ ਰੱਬ ਵਰਗੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਸ਼ਿੰਗਾਰਾ ਸਿੰਘ ਮੱਲ ਪਿੰਡ ਨਿਚਲਾ ਨਜ਼ਦੀਕ ਕਾਲਾ ਸੰਗਿਆ ਜ਼ਿਲ੍ਹਾ ਜਲੰਧਰ, ਜਥੇ ਦੇ ਡਰੈਸ ਕਾਰਡ ਛੱਪੇ ਦੇ ਲੈ ਸਕਦੇ ਹੋ। ਕਿਤੇ ਪੰਜਾਬ ਦੀ ਧਰਤੀ 'ਤੇ ਲੋੜ ਪਈ ਤਾਂ ਤੁਹਾਡੀ ਸੇਵਾ ਵਿੱਚ ਜ਼ਰੂਰ ਹਾਜ਼ਰ ਹੋਵਾਂਗੇ ਜੇ ਕਿਤੇ ਤੁਸੀਂ ਹੁਕਮ ਕਰੋਗੇ। ਔਰ ਦਾਸ ਦੇ ਨਗਰ ਵਿੱਚ ਜਿਹਨਾਂ ਵੀਰਾਂ ਨੇ, ਨਾਨਕੇ ਨੇ, ਸਾਡੀ ਭੈਣ ਵੀ ਇਸ ਦੌੜ ਵਿੱਚ ਰਹਿੰਦੀ ਹੈ, ਉਸ ਪਰਿਵਾਰ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ। ਸਾਰੀਆਂ ਸੰਗਤਾਂ ਹੀ ਆਪਣੀਆਂ ਨੇ, ਸਾਰਿਆਂ ਨੇ ਬਹੁਤ ਮਾਣ ਸਤਿਕਾਰ ਦਰਸ਼ਿਆ। ਭੁੱਲਾ ਚੁੱਕਾ ਦੀ ਖਿਮਾ ਅਤੇ ਕੋਟਾਨ ਕੋਟਾਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹੜੀ ਛਤਰ ਛਾਇਆ ਵਿੱਚ ਬੈਠ ਕੇ ਕਈ ਦਿਨਾਂ ਤੋਂ ਗੁਰਮਤ ਅਤੇ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਈ ਗਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਮਾਣ ਸਤਿਕਾਰ ਬਖਸ਼ਿਆ, ਇਹ ਸਮਤ ਬਖਸ਼ੀ ਕਿ ਸਿੱਖ ਸੰਗਤਾਂ ਦੇ ਚਰਨਾਂ ਦੀ ਸੇਵਾ ਕਰ ਸਕੀਏ। ਭੁੱਲਾ ਚੁੱਕਾ ਦੀ ਖਿਮਾ, ਅਗਲਾ ਪ੍ਰੋਗਰਾਮ ਸਕੱਤਰ ਸਾਹਿਬ ਦੱਸਣਗੇ ਜੀ। ਦਾਸਿਆਂ ਨੂੰ ਛੁੱਟੀਆਂ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।